ਜੇ ਤੁਹਾਡੀ ਤੇ ਅਮਰਪਾਲ ਜੀ ਇੱਕ ਮੀਟਿੰਗ ਕਰਾ ਕੇ ਟੇਬਲ ਟॉक ਕਰਾ ਦਿੱਤੀ ਜਾਵੇ ਕਿਵੇਂ ਰਹੂਗਾ ਉਹ ਭਾਜੀ ਮੈਂ ਤੇ ਉਦਾਂ ਨਹੀਂ ਕੇਕ ਕੱਟ ਦਵਾਂ ਅੱਛਾ ਉਦਾਂ ਨਹੀਂ ਲੱਡੂ ਵੰਡ ਦਵਾਂ ਸਾਰਾ ਝਾਂਜੜ ਹੀ ਖਤਮ ਹੋ ਜਾ ਬਈ ਮੈਨੂੰ ਉਹਦੇ ਕੋਲ ਬਿਠਾ ਦੇਵੋ ਜੇ ਮੈਂ ਉਹਦੇ ਸਵਾਲਾਂ ਦਾ ਜਵਾਬ ਨਾ ਦੇ ਪਾਇਆ ਮੇਰਾ ਪ੍ਰਚਾਰ ਬੰਦ ਕਰ ਦੋ ਹੁਣ ਇਹ ਵੀਡੀਓ ਨੂੰ ਤੁਸੀਂ ਪੂਰਾ ਹੀ ਪਾਣਾ ਪੂਰਾ ਹੀ ਚਲਾਣਾ ਕੋਣ ਵੇਖਿਆ ਜੇ ਮੈਂ ਜਿੱਦਣ ਚੜਿਆ ਤਾਂ ਟੈਂਕੀ ਦੇ ਆਵਰ ਤੇ ਜਾਤ ਚੜ ਕੇ ਮਰੌਲਾ ਪਾਉਂਦੇ ਰਹਿਣਾ ਕਿ ਯਸੂ ਹੈਗਾ ਯਸੂ ਹੈਗਾ ਤੇ ਯਸੂ ਹੀ ਪਰਮੇਸ਼ਾਹ ਮੈਂ ਬਾਈਬਲ ਦੇ ਨਾਲ ਜੁੜਿਆ ਪਰ ਮੈਂ ਬਾਬਾ ਦੀਪ ਸਿੰਘ ਨੂੰ ਸਲੂਟ ਕਰਦਾ ਮੈਂ ਬਾਬਾ ਨਾਨਕ ਜੀ ਨੂੰ ਸਲੂਟ ਕਰਦਾ ਫਿਰ ਮੈਨੂੰ ਪ੍ਰਭੂ ਨੇ ਇੱਕ ਫੋਨ ਦਿੱਤਾ ਔਰ ਮੈਂ ਉਹ ਫੋਨ ਨੂੰ ਚੱਕਦਾ ਮੈਂ ਤੇ ਲਾਈਵ ਹੋ ਕੇ ਫਿਰ ਮੈਂ ਸਾਰਿਆਂ ਨੂੰ ਦੱਸ ਦੇਣਾ ਕਿ ਪ੍ਰਭੂ ਇਹ ਸ਼ਮਸੀ ਕੌਣ ਆ ਇੱਕ ਛੋਟਾ ਸਵਾਲ ਕਿ ਬਾਈਬਲ ਦਾ ਰਾਈਟਰ ਕੌਣ ਆ ਜਦੋਂ ਇਹ ਪਹਿਲੀ ਵਾਰ ਵੀਡੀਓ ਹੀ ਸੀ ਮੈਂ ਹੀ ਪੋਸਟਰ ਸਾੜਿਆ ਸੀ ਉਹਨਾਂ ਦਾ ਤੁਸੀਂ ਵੇਖਿਆ ਮੈਂ ਹੀ ਸਭ ਤੋਂ ਪਹਿਲਾਂ ਪੰਜਾਬ 'ਚ ਬੋਲਿਆ ਸੀਗਾ ਹੁਣ ਤੁਸੀਂ ਮੈਨੂੰ ਦੱਸੋ ਬੰਦੇ ਕੌਣ ਨੇ ਕਿੱਥੇ ਚਰਚ ਚਲਾਉਂਦੇ ਕਿੱਥੇ ਵੇਖਿਆ ਉਹ ਬੰਦੇ ਪਤਾ ਨਹੀਂ ਕਿੱਥੋਂ ਚੱਕੇ ਕਾਂਟੂਨ ਜੇ ਲਿਆ ਕੇ ਤੇ ਖੜੇ ਕਰਤੇ ਮੈਂ ਬਾਈਬਲ 'ਚ ਬੋਲਿਆ ਮੈਂ ਧਰਨੇ ਦੀ ਗੱਲ ਕੀਤੀ ਕਿਉਂ ਕੀਤੀ ਉਹ ਕਹਿੰਦਾ ਵੀ ਖੁਸਰਿਆਂ ਦੀਆਂ ਤਖਤੀਆਂ ਲੱਗੀਆਂ ਇਹਨਾਂ ਦੀਆਂ ਵੀ ਲਾ ਦਿਓ ਵੀ ਇੱਕ ਰੱਬ ਦੇ ਦਾਸਾਂ ਨੂੰ ਖੁਸਰਿਆਂ ਦੇ ਨਾਲ ਮਿਲਾਤਾ ਪੰਜਾਬ 'ਚ ਕੋਈ ਬੋਲਿਆ ਨਹੀਂ ਤੇ ਮੈਂ ਸੋਚਿਆ ਵੀ ਇਹੋ ਜੀ ਜ਼ਿੰਦਗੀ ਨੂੰ ਮੈਂ ਜਿਉਂ ਕੇ ਕੀ ਕਰਨਾ ਅਮਰਤਪੁਰ ਰੱਬ ਥੋੜੀ ਲੱਗ ਗਿਆ ਬੋਲਦੇ ਬੜਾ ਗੱਜ ਕੇ ਹੋ ਪਰ ਇੱਕ ਵੀਡੀਓ ਮੈਂ ਤੁਹਾਡੀ ਵੇਖੀ ਜਿਹਦੇ ਵਿੱਚ ਤੁਸੀਂ ਰੋਣ ਲੱਗ ਪਏ ਤੇ ਮਾਫੀ ਵੀ ਮੰਗੀ ਤੇ ਇੱਕ ਬੰਦਾ ਜਿਹੜਾ ਸ਼ੇਰ ਅਰਗੀ ਦਹਾੜ ਵਾਲਾ ਉਹ ਰੋਣ ਲੱਗ ਪਵੇ ਕੈਮਰੇ ਸਾਹਮਣੇ ਗੱਲ ਸ਼ੋਭਾ ਜੀ ਨਹੀਂ ਦਿੰਦੀ ਮੈਂ ਦੇਖੋ ਜੀ ਇਹ ਸ਼ੈਤਾਨ ਦਾ ਲੰਗਰ ਹੈ ਜਿਹੜਾ ਇਹ ਜਿਹੜੀ ਗੱਲ ਹੈ ਇਹ ਗਲਤ ਹੈ ਅੱਛਾ ਇਹ ਜਿਹੜਾ ਕੋ ਕਹਿੰਦਾ ਤੁਸੀਂ ਮੈਂ ਕਹਿੰਦਾ ਵੀ ਜਿਹੜਾ ਬੰਦਾ ਕਹਿੰਦਾ ਵੀ ਦਸਾਂ ਗੁਰਾਂ ਨੂੰ ਇਹ ਸ਼ੈਤਾਨ ਨੇ ਜਿਹੜਾ ਕਹਿੰਦਾ ਇਹ ਸ਼ੈਤਾਨ ਦਾ ਲੰਗਰ ਹੈ ਭਾਈ ਅਮਰਤਪਾਲ ਨੂੰ ਉਹਦੇ ਤੇ ਬੋਲਣ ਦੀ ਲੋੜ ਨਹੀਂ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ ਨਹੀਂ ਮੰਨਦੇ ਪਰ ਗੀਤਾ ਤੇ ਮੰਨਦੀ ਸ਼ੈਤਾਨ ਹੈ ਗੁਰਾਨ ਮੰਨਦਾ ਮੈਂ ਗੀਤਾ ਮੰਨਦੀ ਨਾ ਨਾ ਕੁਰਾਨ ਮੰਨਦਾ ਕਿ ਦੋ ਸਤਿ ਆਤਮਾ ਹੁੰਦੀਆਂ ਜੀ ਹਾਂਜੀ ਹਾਰੇ ਕਰ ਰਿਲੀਜਨ ਮੰਨਦਾ ਫੇਰ ਇਹਦਾ ਮਤਲਬ ਸਾਰੇ ਗਲਤ ਬਾਈਬਲ ਦੀ ਜਿੰਨਾ ਤੱਕ ਮੈਂ ਸੁਣਿਆ ਮੈਨੂੰ ਨਹੀਂ ਪਤਾ ਵੀ ਇਹ ਚ ਕਿੰਨੀ ਕਿ ਸਚਾਈ ਹੈ ਕਿ ਸੁਣਿਆ ਵੀ ਬਾਈਬਲ ਦੀ 40 ਵਾਰ ਸੋਧ ਕੀਤੀ ਗਈ ਹੈ ਅੱਛਾ ਜੀ ਤੁਸੀਂ ਕਿਵੇਂ ਮੰਨਦੇ ਹੋ ਫਿਰ ਜਦੋਂ 40 ਵਾਰ ਇੱਕ ਚੀਜ਼ ਦੀ ਇੱਕ ਗ੍ਰੰਥ ਦੀ ਸੋਧ ਹੋ ਜਾਵੇ ਉੱਚ ਘਟ ਵੱਧ ਵੀ ਕੁਝ ਕੀਤਾ ਹੋਊਗਾ ਕੁਝ ਬਾਤ ਪਾਇਆ ਹੋਊਗਾ ਕੁਝ ਕੱਢਿਆ ਹੋਊਗਾ ਜਿਹੜੀ ਚੀਜ਼ ਦੀ ਆਪਾਂ 40 ਵਾਰ ਸੋਧ ਕਰ ਲੈਨੇ ਆ ਹਾਂ ਜੀ ਜੀ ਉਹਨੂੰ ਆਪਾਂ ਕਿਵੇਂ ਮੰਨ ਸਕਦੇ ਪੀ ਇਹ ਤੁਹਾਨੂੰ ਹੀ ਆਈ ਹੈ ਜਿਹੜੇ ਕਹਿੰਦੇ ਪਏ ਵੀ 40 ਵਾਰ ਸੋਧ ਲਿਖੀ ਗਈ ਹੈ ਦੀ ਐਦਾ ਉਹਦੇ ਕੋਲ ਪ੍ਰੂਫ ਹੈਗਾ ਉਹਨਾਂ ਕੋਲ ਜਿਹੜੇ ਉਹ ਕਹਿੰਦੇ ਆ ਸੋਧ ਹੋਣ ਉਹਨਾਂ ਨੂੰ ਕਹੋ ਤੁਸੀਂ ਸੋਧ ਕਰਕੇ ਵਿਖਾ ਦਿਓ ਕੋਈ ਪ੍ਰੀਸ ਦੀ ਮੈਨੂੰ ਵੀਡੀਓ ਦਿਖਾਓ ਜਿਹੜਾ ਲਾਈਵ ਹੋ ਕੇ ਕਹਿੰਦਾ ਹੋਵੇ ਕਿ ਬਾਬਾ ਨਾਨਕ ਜੀ ਸ਼ੈਤਾਨ ਨੇ ਦਸਵੇਂ ਪਾਤਸ਼ਾਹ ਜੀ ਸ਼ੈਤਾਨ ਨੇ ਦੁਬਾਰਾ ਪ੍ਰਚਾਰ ਕਰਕੇ ਵਿਖਾ ਦੇ ਤੁਸੀਂ ਪਾਸੇ ਹੋ ਜਾ ਜੇ ਜੇ ਉਹਦਾ ਮੈਂ ਚਰਤ ਨੂੰ ਤਾਲਾ ਨਾ ਲਵਾ ਦਵਾਂ ਮੈਂ ਮਰਨ ਵਰਤਨਾ ਰੱਖ ਲਵਾਂ ਮੈਂ ਭੁੱਖ ਹੜਤਾਲ ਨਾ ਰੱਖ ਲਵਾਂ ਉੱਤੇ ਠੀਕ ਹੈ ਜੀ ਮੈਂ ਪੂਰੀ ਤਾਕਤ ਲਾ ਦਾਂਗਾ ਮੈਂ ਮੈਂ ਤੁਹਾਨੂੰ ਕਹਿਣਾ ਪਿਆਓ ਮੇਰਾ ਤੁਹਾਡਾ ਪਿਆਰ ਹੈ ਮੈਂ ਤੁਹਾਡਾ ਭਾਈਚਾਰਾ ਨਿਭਾਉਣਾ ਹੈ ਮੈਂ ਤੁਹਾਡੇ ਘਰ ਜਾ ਕੇ ਭੋਜਨ ਸ਼ੱਕਦਾ ਹਾਂ ਤੁਸੀਂ ਮੇਰੇ ਗੁਰਦੁਆਰੇ ਚ ਆ ਕੇ ਭੋਜਨ ਛਕੋ ਮੈਂ ਤੁਹਾਡੀ ਚਰਚ ਜਾ ਕੇ ਭੋਜਨ ਛੱਕਦਾ ਫਿਰ ਉੱਥੇ ਭਾਈਚਾਰਾ ਕਿਉਂ ਨਹੀਂ ਰਹਿਣਾ ਦੇਖੋ ਜੀ ਭਾਈਚਾਰਕ ਸਾਜ ਜੜੀ ਉਹਦੇ ਚ ਮੈਂ ਪਹਿਲਾਂ ਹੀ ਜਵਾਬ ਦੇ ਚੁੱਕਾ ਹਾਂ ਕਿ ਬਾਈਬਲ ਨੂੰ ਰੱਦਣ ਵਾਲੀ ਗੱਲ ਹੋ ਜਾਂਦੀ ਬਾਈਬਲ ਨਾ ਨਾ ਬਾਈਬਲ ਨੂੰ ਰੱਦਣ ਬਾਈਬਲ ਦਾ ਹੁਕਮ ਹੈ ਇਹ ਬਾਈਬਲ ਦਾ ਸੰਦੇਸ਼ ਹੈ ਕਿ ਜਿਹੜੀ ਤੇਰੇ ਸਾਹਮਣੇ ਕਿਸੇ ਵੀ ਚੀਜ਼ ਦੀ ਭੇਟ ਤੂੰ ਉਹ ਨਹੀਂ ਖਾਣਾ ਉਸੀ ਕਹਿੰਦੇ ਸਾਰੇ ਗੁਰੂ ਇੱਕ ਨੇ ਸਤਿਕਾਰ ਕਰਨਾ ਚਾਹੀਦਾ ਤੇ ਫਿਰ ਭਾਈ ਅਮਰਤਪਾਲ ਜੀ ਦਾ ਸਵਾਲ ਹੈ ਨਾ ਤੇ ਭਾਈ ਅਮਰਤਪਾਲ ਨੂੰ ਮੈਂ ਕਹਿੰਦਾ ਜੇ ਤੂੰ ਸਾਰਿਆਂ ਦਾ ਸਤਿਕਾਰ ਕਰਨਾ ਤੇ ਅੱਜ ਕਿਸੇ ਕਬਰ ਤੇ ਜਾ ਕੇ ਮੱਥਾ ਟੇਕ ਅੱਜ ਕਿਸੇ ਮੜੀ ਤੇ ਜਾ ਕੇ ਸਜਦਾ ਕਰ ਨਹੀਂ ਨਹੀਂ ਵਨ ਮਿੰਟ ਵਨ ਮਿੰਟ ਕਿਸੇ ਮੜੀ ਤੇ ਜਾ ਕੇ ਸਜਦਾ ਕਰ ਹਾਂਜੀ ਕਿਸੇ ਹੋਰ ਦੇਵਤੇ ਦੇ ਅੱਗੇ ਜਾ ਕੇ ਝੋਕ ਕਿਉਂ ਕੀ ਕਹੇਗਾ ਵੀ ਮੇਰੇ ਪਾਤਸ਼ਾਹ ਨੇ ਨਹੀਂ ਸਿਕਾਇਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸੁਰਖਾਪ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਇੱਕ ਬਹੁਤ ਵੱਡੀ ਇੰਟਰਵਿਊ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆਂ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਵੱਡਾ ਵਿਵਾਦ ਛਿੜਿਆ ਹੋਇਆ ਹੈ ਸਿੱਖ ਭਾਈਚਾਰੇ ਤੇ ਈਸਾਈ ਭਾਈਚਾਰੇ ਦੇ ਦਰਮਿਆਨ ਇੱਕ ਸ਼ਬਦੀ ਜੰਗ ਚੱਲ ਰਹੀ ਹੈ ਸ਼ਬਦੀ ਜੰਗ ਹੀ ਰਵੇ ਕਿਉਂਕਿ ਮਾਹੌਲ ਜਿਹੜਾ ਬੜਾ ਸੁਖਾਵਾਂ ਚੱਲ ਰਿਹਾ ਬਹੁਤ ਸੋਹਣਾ ਪੰਜਾਬ ਦਾ ਮਾਹੌਲ ਬਣਿਆ ਹੈ ਤੇ ਇਹ ਖਰਾਬ ਨਾ ਹੋਵੇ ਅਸੀਂ ਸਾਰੇ ਭਾਈਚਾਰੇ ਨੂੰ ਬੇਨਤੀ ਕਰਾਂਗੇ ਕਿ ਬੜੇ ਪਿਆਰ ਦੇ ਨਾਲ ਸਾਰੇ ਇੰਟਰਵਿਊ ਨੂੰ ਸੁਣਿਓ ਤੇ ਜਿਹੜੇ ਵੀਰ ਅਮਰਤਪਾਲ ਜੀ ਨੇ ਸਵਾਲ ਛੁੱਕੇ ਸਨ ਅਸੀਂ ਉਹ ਸਵਾਲ ਅੱਜ ਪਾਸਟਰ ਜੀ ਤੋਂ ਕਰਾਂਗੇ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਦੇਖਦੇ ਹੋ ਬੋਲਦੇ ਬਹੁਤ ਉੱਚੀ ਆਵਾਜ਼ ਵਿੱਚ ਬੋਲਦੇ ਨੇ ਤੇ ਬਹੁਤ ਕਰਾਰਾ ਬੋਲਦੇ ਨੇ ਆਪਣੀ ਗੱਲ ਨੂੰ ਠੋਕ ਕੇ ਰੱਖਦੇ ਨੇ ਤੇ ਅੱਜ ਉਹ ਸਾਰੇ ਸਵਾਲ ਜਿਹੜੇ ਸਿੱਖ ਭਾਈਚਾਰੇ ਦੇ ਸੂਰਮਿਆਂ ਕੋਲ ਨੇ ਜਿਹੜੇ ਸਾਡੇ ਸਿੱਖ ਭਾਈਚਾਰੇ ਦੇ ਨੌਜਵਾਨ ਵੀਰ ਸਵਾਲ ਕਰਦੇ ਨੇ ਇਹਨਾਂ ਨੂੰ ਉਹ ਸਾਰੇ ਸਵਾਲਾਂ ਦਾ ਜਵਾਬ ਕੋਸ਼ਿਸ਼ ਕਰਾਂਗੇ ਅਸੀਂ ਆਓ ਕਰਦੇ ਹਾਂ ਸਵਾਗਤ ਸਾਡੇ ਨਾਲ ਨੇ ਪਾਸਟਰ ਜੈਪਾਲ ਜੀ ਸਵਾਗਤ ਹੈ ਜੀ ਹਾਂ ਜੀ ਵੈਲਕਮ ਹੈ ਤੁਹਾਡਾ ਜੀ ਵਜੀਦਪੁਰਾਨ ਤੇ ਜੀ ਔਰ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਪਿੰਡ ਦੇ ਵਿੱਚ ਆਏ ਹੋ ਖੁਦਾ ਤੁਹਾਨੂੰ ਬਹੁਤ ਬਰਕਤ ਦੇ ਜੀ ਅੱਛਾ ਆਪਾਂ ਸਟਾਰਟਿੰਗ ਇਸੇ ਤੋਂ ਕਰੀਏ ਕਿ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਪਾਸਟਰ ਨੇ ਇੱਕ ਜੈਪਾਲ ਜੀ ਨੂੰ ਕਿਉਂ ਇੰਨਾ ਗੁੱਸਾ ਲੱਗਿਆ ਕਿ ਜੈਪਾਲ ਜੀ ਹਰ ਗੱਲ ਤੇ ਲਾਈਵ ਹੋ ਜਾਂਦੇ ਨੇ ਤੇ ਬਹੁਤ ਖੜਕਾ ਕੇ ਬੋਲਦੇ ਨੇ ਕੀ ਕਰ ਓਕੇ ਸਭ ਤੋਂ ਪਹਿਲੀ ਗੱਲ ਇਹ ਅੱਜ ਇਹ ਕਿ ਮੇਰਾ ਗੁੱਸਾ ਨਹੀਂ ਹੈ ਜੀ ਮੇਰੇ ਬੋਲਣ ਦਾ ਤਰੀਕਾ ਹੀ ਐਦਾਂ ਮੈਂ ਅੱਜ ਤੋਂ ਜਦੋਂ ਦੀ ਬਾਈਬਲ ਫੜੀ ਆ ਮੈਂ ਹੋਲੀ ਨਹੀਂ ਬੋਲਿਆ ਮੈਂ ਉੱਚਾ ਹੀ ਬੋਲਿਆ ਵਾ ਥੋੜਾ ਸੁਣਨ ਵਾਲੇ ਨੂੰ ਲੱਗਦਾ ਹੈ ਕਿ ਗੁੱਸੇ 'ਚ ਬੋਲਦਾ ਵਾ ਦੂਜੀ ਗੱਲ ਇਹ ਆ ਕਿ ਜਦੋਂ ਕੋਈ ਬਾਈਬਲ ਦੀ ਗੱਲ ਕਰਦਾ ਅਧ ਪਚ ਦੀ ਗੱਲ ਕਰਦਾ ਤਾਂ ਮੇਰੇ ਕੰਨ ਜਿਹੜੇ ਉਹ ਸੁਣ ਨਹੀਂ ਸਕਦੇ ਜਿਹੜਾ ਮੇਰਾ ਮਾਨ ਹੈ ਉਹ ਸਹਿਣ ਨਹੀਂ ਕਰ ਸਕਦਾ ਕਿ ਕੋਈ ਬੰਦਾ ਜਣਾ ਖਣਾ ਉੱਠੇ ਤੇ ਉਹ ਬਾਈਬਲ ਦੀ ਤੋੜ ਮਰੋੜ ਕੇ ਗੱਲ ਕਰੇ ਅਸੀਂ ਕਹਿੰਦੇ ਆ ਬਾਈਬਲ ਦੀ ਗੱਲ ਕਰੋ ਜੀ ਹਾ ਕੇ ਤੁਹਾਨੂੰ ਕਰਨ ਦੀ ਪਰ ਉਹਨੂੰ ਪੂਰਾ ਪੜੋ ਜੇ ਮੈਂ ਅੱਜ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਅੱਧੀ ਪਚਦੀ ਗੱਲ ਕਰਕੇ ਤੇ ਸਿੱਖ ਭਾਈਆਂ ਨੂੰ ਘੇਰਨ ਦੀ ਕੋਸ਼ਿਸ਼ ਕਰਾਂ ਤੇ ਉਹ ਬੜੀ ਵੱਡੀ ਬੇਕੂਫੀ ਆ ਐ ਹੋ ਜੀ ਬੇਕੂਫੀ ਬੰਦਿਆਂ ਨੂੰ ਨਹੀਂ ਕਰਨੀ ਚਾਹੀਦੀ ਜੇ ਕਿਸੇ ਵੀ ਰਿਲੀਜੀਅਨ ਨੂੰ ਜਾਨਣਾ ਹੈ ਤਾਂ ਉਹਨੂੰ ਪੂਰਾ ਪੜੋ ਪੂਰਾ ਧਿਆਨ ਰੱਖੋ ਵੀ ਕਿੱਥੇ ਕੀ ਕਹਿਣਾ ਚਾਹੁੰਦਾ ਜੀ ਜੀ ਮੈਨੂੰ ਗੁੱਸਾ ਨਹੀਂ ਫਿਰ ਜਦੋਂ ਅੱਧੀ ਗੱਲ ਹੁੰਦੀ ਮੇਰੇ ਕੋਲ ਆਉਂਦੀ ਤਾਂ ਮੈਨੂੰ ਇਹ ਫੀਲ ਲੱਗਦਾ ਕਿ ਉਹ ਲਲਕਾਰ ਰਹੇ ਨੇ ਉਹ ਪੁੱਛਣਾ ਚਾਹੁੰਦੇ ਨੇ ਇੱਕ ਬਾਈਬਲ ਨੂੰ ਝੂਠਾ ਕਰ ਰਹੇ ਨੇ ਪ੍ਰਭੂ ਯਸ਼ਮ ਸਿੰਘ ਦੇ ਜਨਮ ਨੂੰ ਝੂਠਾ ਕਰ ਰਹੇ ਨੇ ਪ੍ਰਭੂ ਯਸ਼ਮ ਸਿੰਘ ਦੀ ਕਰੂਸੀ ਕਥਾ ਨੂੰ ਝੂਠਾ ਕਰ ਰਹੇ ਨੇ ਫਿਰ ਉਹ ਮੇਰਾ ਅੰਦਰੋਂ ਜਿਹੜਾ ਜਮੀਰ ਹੈ ਉਹ ਨਹੀਂ ਸਹਿਕਾਰ ਪਾਉਂਦਾ ਤੇ ਮੈਂ ਆਪਣੀ ਆਵਾਜ਼ ਨੂੰ ਇਹਨੇ ਲੋਕਾਂ ਤੱਕ ਪਹੁੰਚਾ ਤਾ ਸਕਦਾ ਨਹੀਂ ਫਿਰ ਮੈਨੂੰ ਪ੍ਰਭੂ ਨੇ ਇੱਕ ਫੋਨ ਦਿੱਤਾ ਔਰ ਮੈਂ ਉਹ ਫੋਨ ਨੂੰ ਚੱਕਦਾ ਵਾਂ ਤੇ ਲਾਈਵ ਹੋ ਕੇ ਫਿਰ ਮੈਂ ਸਾਰਿਆਂ ਨੂੰ ਦੱਸ ਦੇਣਾ ਕਿ ਪ੍ਰਭੂ ਯਸ਼ਮ ਸਿੰਘ ਕੌਣ ਆ ਜੀ ਅੱਛਾ ਤੁਸੀਂ ਬਾਈਬਲ ਦੀ ਵੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਗੱਲ ਕੀਤੀ ਆਪਾਂ ਦੋਵਾਂ ਤੇ ਛੋਟੇ ਛੋਟੇ ਕਮੈਂਟਸ ਲਵਾਵਾਂਗੇ ਤੁਹਾਡੇ ਸਭ ਤੋਂ ਪਹਿਲਾਂ ਆਪਾਂ ਬਾਈਬਲ ਦੀ ਗੱਲ ਕਰਦੇ ਪਾਵਨ ਬਾਈਬਲ ਸਾਡੇ ਲਈ ਬਹੁਤ ਸਤਿਕਾਰ ਹੈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਅਸਤਿਕਾਰ ਦਿੰਨੇ ਬਾਈਬਲ ਵੀ ਸਾਡੇ ਲਈ ਸਤਿਕਾਰਯੋਗ ਜੀ ਜੀ ਇੱਕ ਛੋਟਾ ਸਵਾਲ ਕੀ ਬਾਈਬਲ ਦਾ ਰਾਈਟਰ ਕੌਣ ਹੈ ਦੇਖੋ ਜੀ ਬਾਈਬਲ ਨਬੀਆਂ ਦੇ ਦੁਆਰਾ ਲਿਖੀ ਗਈ ਆ ਇਹ ਤੁਹਾਡਾ ਸਵਾਲ ਬਹੁਤ ਵਧੀਆ ਹੈ ਕਈਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਜੀ ਜੀ ਬਾਈਬਲ ਨਬੀਆਂ ਦੇ ਦੁਆਰਾ ਲਿਖੀ ਗਈ ਆ ਜਦੋਂ ਪਹਿਲਾ نبی ਸੀਗਾ ਨਾ ਮੂਸਾ ਜੀ ਤੇ موسی ਨੂੰ ਪ੍ਰਭੂ ਨੇ ਤਖਤੀਆਂ ਦਿੱਤੀਆਂ ਸੀ ਨਾ ਉਹਨੂੰ ਹਰੇਪ ਦੇ ਪਹਾੜ ਤੇ ਬੁਲਾ ਕੇ ਸਨਾਈ ਦੇ ਪਹਾੜ ਤੇ ਬੁਲਾ ਕੇ ਉਹਨੂੰ ਤਖਤੀਆਂ ਦੇ ਉੱਤੇ 10 ਹੁਕਮ ਲਿਖ ਕੇ ਦਿੱਤੇ ਸੀਗੇ ਜੀ ਹੁਣ ਉਹ ਕਹਿੰਦੇ ਪਏ ਆ ਵੀ ਲਿਖ ਹੀ ਕਿੰਨੇ ਬੰਦੇ ਨੇ ਪਵਿੱਤਰ ਆਤਮਾ ਲੋਕਾਂ ਦੇ ਉੱਤੇ ਉਤਰਿਆ ਪਵਿੱਤਰ ਆਤਮਾ ਨੇ ਬੁੱਧ ਦਿੱਤੀ ਤੇ ਬਾਈਬਲ ਦੀਆਂ ਗੱਲਾਂ ਨੇ ਜਿਹੜੀਆਂ ਉਹ ਪਵਿੱਤਰ ਆਤਮਾ ਦੇ ਦੁਆਰਾ ਲਿਖੀਆਂ ਗਈਆਂ ਤੇ ਵੱਡੇ ਵੱਡੇ ਬੰਦੇ ਵੱਡੇ ਵੱਡੇ ਫਲਸਫਰ ਵੱਡੇ ਵੱਡੇ ਗਿਆਨੀ ਧਿਆਨੀ ਬੰਦੇ ਜਿਹੜੇ ਆਪਦੇ ਆਪ ਨੂੰ ਬੜੇ ਘੈਂਟ ਸਮਝਦੇ ਨੇ ਅੱਜ ਉਹ ਬਾਈਬਲ ਦੇ ਪਿੱਛੇ ਤੌਰ ਤੇ ਜੀ ਅੱਛਾ ਇੱਕ ਸਵਾਲ ਹੋਰ ਬੰਦਾ ਹੈ ਬਾਈਬਲ ਦੀ ਜਿੱਥੋਂ ਤੱਕ ਮੈਂ ਸੁਣਿਆ ਮੈਨੂੰ ਨਹੀਂ ਪਤਾ ਵੀ ਇਹ ਚ ਕਿੰਨੀ ਕੁ ਸੱਚਾਈ ਹੈ ਸੁਣਿਆ ਹੈ ਵੀ ਬਾਈਬਲ ਦੀ 40 ਵਾਰ ਸੋਧ ਕੀਤੀ ਗਈ ਹੈ ਅੱਛਾ ਜੀ ਤੁਸੀਂ ਕੀ ਮੰਨਦੇ ਹੋ ਫਿਰ ਜਦੋਂ 40 ਵਾਰ ਇੱਕ ਚੀਜ਼ ਦੀ ਇੱਕ ਗ੍ਰੰਥ ਦੀ ਸੋਧ ਹੋ ਜਾਵੇ ਉਹ ਚ ਘਟ ਵੱਧ ਵੀ ਕੁਝ ਕੀਤਾ ਹੋਊਗਾ ਕੁਝ ਬਾਦ ਪਾਇਆ ਹੋਊਗਾ ਕੁਝ ਕੱਢਿਆ ਹੋਊਗਾ ਜਿਹੜੀ ਚੀਜ਼ ਦੀ ਆਪਾਂ 40 ਵਾਰ ਸੋਧ ਕਰ ਲੈਨੇ ਆ ਹਾਂ ਜੀ ਉਹਨੂੰ ਆਪਾਂ ਕਿਵੇਂ ਮੰਨ ਸਕਦੇ ਪੀ ਇਹ ਤੁਹਾਨੂੰ ਹੀ ਆਈ ਹੈ ਦੇਖੋ ਜੀ ਜਿਹੜੀ ਪਵਿੱਤਰ ਆਤਮਾ ਦੇ ਦੁਆਰਾ ਮੈਂ ਸ਼ਬਦ ਕਿਹਾ ਜੀ ਪਵਿੱਤਰ ਆਤਮਾ ਨੇ ਲੋਕਾਂ ਦੇ ਨਾਲ ਗੱਲ ਕੀਤੀ ਠੀਕ ਹੈ ਜੀ ਉਹਨਾਂ ਐਸੇ ਸਵਾਲ ਦੇ ਵਿੱਚ ਦੋ ਚਾਰ ਮੈਂ ਵੀ ਗੱਲਾਂ ਰੱਖਾਂਗਾ ਜ਼ਰੂਰ ਰੱਖੋ ਜ਼ਰੂਰ ਔਰ ਪਵਿੱਤਰ ਆਤਮਾ ਲੋਕਾਂ ਦੇ ਉੱਤੇ ਉਤਰਿਆ ਉਹਨਾਂ ਨਬੀਆਂ ਦੇ ਉੱਤੇ ਉਤਰਾ ਨਬੀਆਂ ਦੇ ਦੁਆਰਾ ਉਹ ਬਾਈਬਲ ਲਿਖੀ ਗਈ ਹੁਣ ਉਹਦੀ ਸੋਧ ਦੀ ਗੱਲ ਆ ਜਿਹੜੇ ਕਹਿੰਦੇ ਪਏ ਵੀ 40 ਵਾਰ ਸੋਧ ਲਿਖੀ ਗਈ ਇਹਦੀ ਐਦਾ ਉਹਦੇ ਕੋਲ ਪ੍ਰੂਫ ਹੈਗਾ ਉਹਨਾਂ ਕੋਲ ਜੀ ਸਬੂਤ ਹੈਗਾ ਮੈਨੂੰ ਸਬੂਤ ਦਿਖਾਓ ਵੀ ਕਿੱਥੇ ਕਿੱਥੇ ਸੋਧ ਹੋਈ ਪ੍ਰਭੂ ਯੇਸ਼ੂ ਮਸੀਹ ਨੇ 1 ਮਿੰਟ ਸਰ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਪ੍ਰਭੂ ਯੇਸ਼ੂ ਮਸੀਹ 30 ਸਾਲ ਰਹਾ ਠੀਕ ਹੈ ਜੀ 30 ਸਾਲ ਦੇ ਵਿੱਚ ਉਹਨਾਂ ਦਾ ਕੋਈ ਹਿੱਸਾ ਹੈ ਨਾ ਜਿਹੜਾ ਕੋਈ ਕੋਈ ਹਿੱਸਾ ਉਹ ਲਿਖਿਆ ਗਿਆ ਬਾਈਬਲ ਦੇ ਵਿੱਚ ਠੀਕ ਹੈ ਜੀ ਤੇ ਅੱਜ ਉਹ ਕੁਝ ਕੁ ਗੱਲਾਂ ਨੂੰ ਠੀਕ ਹੈ ਜੀ ਪੜ ਕੇ ਬੰਦਾ ਉਹ ਚੁੱਪ ਨਹੀਂ ਰਹਿ ਸਕਦਾ ਬਿਲਕੁਲ ਉਹ ਨੇਰੇ ਚ ਨਹੀਂ ਰਹਿ ਸਕਦਾ ਉਹ ਪਾਪ ਚ ਨਹੀਂ ਰਹਿ ਸਕਦਾ ਤੇ ਉਹਦੀ ਪੂਰੀ ਜੀਵਨ ਲੀਲਾਣਾ ਜਿਹੜੀ ਪੂਰੀ ਸੁਣਦੇ ਲਈ ਬੰਦੇ ਕੋਲ ਕੰਨ ਹੋਣੇ ਚਾਹੀਦੇ ਤੇ ਮਨ ਹੋਣਾ ਚਾਹੀਦਾ ਅਗਰ ਪੂਰੀ ਬਾਈਬਲ ਸੁਣਾ ਦਿੱਤਾ ਜਾਏ ਤੇ ਲੋਕ ਤੇ ਇੱਥੇ ਆਪਸ ਵਿੱਚ ਇਹ ਸੋਚਣਗੇ ਕਿ ਬਾਈਬਲ ਕਹਿ ਕੀ ਰਿਹਾ ਅਜੇ ਤੇ ਅਧੀਆਂ ਗੱਲਾਂ ਨੇ ਹੁਣ ਤੁਸੀਂ ਪੂਰੀਆਂ ਗੱਲਾਂ ਕਰੋ ਮੇਰੇ ਨਾਲ ਅੱਛਾ ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਸੋਧ ਨਹੀਂ ਕੀਤੀ ਗਈ ਹਾਂਜੀ ਸੋਧ ਨਹੀਂ ਹੋਈ ਸੋਧ ਦੇਖੋ ਟਰਾਂਸਲੇਟ ਹੋਈ ਆ ਜਿਹਨੂੰ ਸੋਧ ਕਹਿ ਰਿਆ ਨਾ ਜੀ ਉਹ ਟਰਾਂਸਲੇਟ ਕੀਤੀ ਗਈ ਆ ਟਰਾਂਸਲੇਟ ਕੀਤੀ ਹਾਂਜੀ ਜੀ ਕਿਸੇ ਹੋਰ ਭਾਸ਼ਾ 'ਚ ਤੇ ਭਾਸ਼ਾ ਸਾਰੀਆਂ ਭਾਸ਼ਾ ਦੇ ਵਿੱਚ ਬਾਈਬਲ ਨੂੰ ਲਿਖਿਆ ਗਿਆ ਸੋਧ ਨਹੀਂ ਵੀ ਇਹ ਚਲੋ ਹੁਣ ਮੈਂ ਇੱਕ ਗੱਲ ਕਹਿਣਾ ਵਾ ਜਿਹੜੇ ਉਹ ਕਹਿੰਦੇ ਪੈ ਸੋਧ ਹੁਣ ਉਹਨਾਂ ਨੂੰ ਕਹੋ ਤੁਸੀਂ ਸੋਧ ਕਰਕੇ ਵਿਖਾ ਦਿਓ ਤੁਸੀਂ ਸੋਧ ਕਰਕੇ ਵਿਖਾ ਦਿਓ ਪ੍ਰਭੂ ਯਸ਼ਮ ਸੀ ਦਾ ਜਨਮ ਲਿਖਿਆ ਨਾ ਬੈਤਲਮ 'ਚ ਹੋਇਆ ਉਹਨਾਂ ਨੂੰ ਕਹੋ ਤੁਸੀਂ ਪੰਜਾਬ ਦਾ ਕੋਈ ਹਿੱਸਾ ਪਾ ਕੇ ਵਿਖਾ ਦਿਓ ਸਾਨੂੰ ਠੀਕ ਹੈ ਭਈ ਰਹੀਮਾਨ ਲੈਨੇ ਹੋ ਕਿ ਬਾਈਬਲ ਨੂੰ ਸੋਧ ਹਰ ਇੱਕ ਬੰਦਾ ਕਰ ਸਕਦਾ ਤੁਸੀਂ ਪ੍ਰਭੂ ਯਸ਼ਮਸੀ ਤੀਸਰਾ ਦਿਨ ਮੁਰਦੇ ਤੋਂ ਜਿੰਦਾ ਹੋਇਆ ਤੁਸੀਂ ਬਾਈਬਲ ਨੂੰ ਨਵੇਂ ਸਿਰੇਓ ਲਿਖ ਦਵੋ ਕਿ ਪ੍ਰਭੂ ਯਸ਼ਮਸੀ ਹਫਤੇ ਬਾਅਦ ਜਿੰਦਾ ਹੋਇਆ ਫਿਰ ਵੇਖ ਲੈਨੇ ਆਪਾਂ ਜੀ ਆਪਣੇ ਮਨੋਂ ਗੱਲਾਂ ਬਣਾ ਕੇ ਆਪਣੇ ਮਨੋਂ ਵਿਚਾਰ ਬਣਾ ਕੇ ਕਿਸੇ ਦਾ ਰਲੀ ਸਾਨੂੰ ਤੁਸੀਂ ਨੀਵਾਂ ਨਹੀਂ ਕਰ ਸਕਦੇ ਹੁਣ ਮੈਂ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਤੁਸੀਂ ਮੈਨੂੰ ਗੱਲ ਕਹੋ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਮੈਂ ਉਹਨੂੰ ਪੜਿਆ ਨਹੀਂ ਮੈਂ ਮਾੜਾ ਮੋਟਾ ਸੁਣਦਾ ਪਰ ਮੈਂ ਫੇਰ ਵੀ ਕਿਸੇ ਸਿੰਘ ਬਾਰੇ ਗਲਤ ਨਹੀਂ ਬੋਲਦਾ ਤੇ ਗੁਰੂ ਦੀ ਬਾਣੀ ਬਾਰੇ ਗਲਤ ਨਹੀਂ ਬੋਲਦਾ ਜਿਹਦੇ ਕਰਕੇ ਅੱਜ 80% ਸਿੱਖ ਭਾਈਚਾਰਾ ਵੀ ਆਪਾਂ ਨੂੰ ਸਲੂਟ ਕਰਦਾ ਤੇ ਮੈਨੂੰ ਫੋਨ ਆਉਂਦਾ ਰਹਿੰਦਾ ਵੀ ਤੁਸੀਂ ਬਹੁਤ ਵਧੀਆ ਕਰਦੇ ਜੀ ਤੁਸੀਂ ਕਹਿੰਦੇ ਹੋ ਵੀ ਅਸੀਂ ਕੁਝ ਨਹੀਂ ਬੋਲਦੇ ਗੁਰੂਆਂ ਬਾਰੇ ਪਰ ਤੁਹਾਨੂੰ ਅੱਡੇ ਕੁੱਝ ਪਾਸਟਰ ਹੈਗੇ ਨੇ ਮੈਂ ਇਹ ਤੁਹਾਨੂੰ ਨਹੀਂ ਕਹਿ ਰਿਹਾ ਕੁੱਝ ਹੋਰ ਪਾਸਟਰ ਹੈਗੇ ਨੇ ਜਿਹੜੇ ਕਹਿ ਰਹੇ ਨੇ ਕਿ ਗੁਰੂ ਜਿਹੜੇ ਆ ਸ਼ੈਤਾਨ ਹੋਏ ਨੇ ਇਹ ਜਿਹੜੀ ਬਾਣੀ ਹੈ ਸ਼ੈਤਾਨ ਦੀ ਬਾਣੀ ਹੈ ਇਹ ਅੰਮ੍ਰਿਤਪਾਲ ਨੇ ਵੀ ਸਵਾਲ ਉੱਠ ਚੁੱਕੇ ਆ ਕਿ ਤੁਸੀਂ ਕਹਿੰਦੇ ਹੋ ਸਾਡੇ ਗੁਰੂ ਦੇ ਲੰਗਰ ਨੂੰ ਤੁਸੀਂ ਕਹਿੰਦੇ ਹੋ ਸ਼ੈਤਾਨ ਦਾ ਲੰਗਰ ਨਹੀਂ ਛਕਣਾ ਤੁਹਾਨੂੰ ਕੀ ਲੱਗਦਾ ਓਕੇ ਸਭ ਤੋਂ ਪਹਿਲਾਂ ਹੁਣ ਇਹ ਵੀਡੀਓ ਨੂੰ ਤੁਸੀਂ ਪੂਰਾ ਹੀ ਪਾਣਾ ਪੂਰਾ ਹੀ ਚਲਾਣਾ ਇਹ ਪ੍ਰੋਮਿਸ ਹੈ ਬਿਲਕੁਲ ਪ੍ਰੋਮਿਸ ਹੁਣ ਦੂਜੀ ਗੱਲ ਇਹ ਆ ਕਿ ਬਾਈਬਲ ਦੇ ਵਿੱਚ ਸ਼ੈਤਾਨ ਦਾ ਜ਼ਿਕਰ ਹੈ लुसीफर ਨੂੰ ਸ਼ੈਤਾਨ ਕਿਹਾ ਗਿਆ। ਅਗਰ ਜਿਹੜਾ ਬੰਦਾ ਸਿੱਧਾ ਡਾਇਰੈਕਟ ਕਹਿੰਦਾ ਕੋਈ ਪਾਸਟਰ, ਬਾਬਾ ਨਾਨਕ ਜੀ ਨੂੰ ਸ਼ੈਤਾਨ, ਦਸਵੇਂ ਪਾਤਸ਼ਾਹ ਨੂੰ ਸ਼ੈਤਾਨ, ਉਹ ਬੰਦੇ ਤੋਂ ਹੀ ਮੈਨੂੰ ਨਾਮ ਦੱਸੋ। ਉਹਨੂੰ ਪ੍ਰਚਾਰ ਕਰਨ ਤੋਂ ਦੁਬਾਰਾ ਪ੍ਰਚਾਰ ਕਰਕੇ ਵਿਗਾੜ ਦੇ। ਜੀ। ਅਸੀਂ ਰੋਕਦੇ ਹਾਂ ਤੁਹਾਡਾ ਕੰਮ ਕੀ? ਅਸੀਂ ਰੋਕਦੇ ਹਾਂ ਹੀ ਖੁਦ ਮੰਨਨੇ ਗਲਤ। ਅਸੀਂ ਦੇਖੋ ਜੀ ਮੈਂ ਇੱਕ ਪਾਸਟਰ ਹਾਂ। ਜੀ। ਮੈਂ ਬਾਈਬਲ ਦੇ ਨਾਲ ਜੁੜਿਆ ਪਰ ਮੈਂ ਬਾਬਾ ਦੀਪ ਸਿੰਘ ਨੂੰ ਸਲੂਟ ਕਰਦਾ ਮੈਂ ਭਾਈ ਕਨਈਆ ਜੀ ਨੂੰ ਸਲੂਟ ਕਰਦਾ ਮੈਂ ਬਾਬਾ ਨਾਨਕ ਜੀ ਨੂੰ ਸਲੂਟ ਕਰਦਾ ਮੈਂ ਉਹਨਾਂ ਦੇ ਉਪਦੇਸ਼ ਨੂੰ ਸੁਣਿਆ ਬੜੇ ਮਾਣ ਨੂੰ ਉਪਦੇਸ਼ ਦਿੱਤੇ ਨੇ ਅਸੀਂ ਗਲਤ ਨਹੀਂ ਕਹਿੰਦੇ ਕੌਣ ਕਹਿੰਦਾ ਵੀ ਉਹਨੂੰ ਸ਼ੈਤਾਨ ਕਿਹਾ ਕੋਈ ਬੰਦੇ ਦਾ ਲਾਈਵ ਪਰਚਾ ਨਹੀਂ ਉਹ ਦੇਖੋ ਜੀ ਸਵਾਲ ਕੋਈ ਬੰਦਾ ਉਹਦੇ ਮਨੋ ਬਣਾ ਲਵੇ ਕੋਈ ਪ੍ਰੀਸਟ ਦੀ ਮੈਨੂੰ ਵੀਡੀਓ ਦਿਖਾਓ ਜਿਹੜਾ ਲਾਈਵ ਹੋ ਕੇ ਕਹਿੰਦਾ ਹੋਵੇ ਕਿ ਬਾਬਾ ਨਾਨਕ ਜੀ ਸ਼ੈਤਾਨ ਨੇ ਦਸਵੇਂ ਪਾਤਸ਼ਾਹ ਜੀ ਸ਼ੈਤਾਨ ਨੇ ਉਹ ਦੁਬਾਰਾ ਪ੍ਰਚਾਰ ਕਰਕੇ ਵਿਖਾ ਦੇ ਤੁਸੀਂ ਪਾਸੇ ਹੋ ਜਾ ਜੇ ਜੇ ਉਹਦਾ ਮੈਂ ਚਰਤ ਨੂੰ ਤਾਲਾ ਨਾ ਲਵਾ ਦਵਾਂ ਮੈਂ ਮਰਨ ਵਰਤਨਾ ਰੱਖ ਲਵਾਂ ਮੈਂ ਭੋਖੜ ਧਰਨਾ ਰੱਖ ਲਵਾਂ ਉੱਤੇ ਠੀਕ ਹੈ ਜੀ ਮੈਂ ਪੂਰੀ ਤਾਕਤ ਲਾ ਦਾਂਗਾ ਸ਼ੈਤਾਨ ਝੂਠਾ ਹੈ ਝੂਠਾ ਦਾ ਪਤੰਦਾਰੇ ਕਿਸੇ ਤੇ ਦੁਸ਼ਟ ਆਤਮਾ ਆਉਂਦੀ ਹੈ ਹਾਂਜੀ ਉਹ ਨਾਂ ਲੈ ਦਵੇ ਵੀ ਮੈਂ ਆ ਮੈਂ ਉਹ ਆ ਠੀਕ ਹੈ ਜੀ ਹੈ ਕਦੇ ਨਹੀਂ ਹੋ ਸਕਦਾ ਸ਼ੈਤਾਨ ਹੈ ਪ੍ਰਭੂ ਜੀ ਆਹ ਗੱਲ ਨੂੰ ਕੋਈ ਰੱਦ ਨਹੀਂ ਕਰ ਸਕਦਾ ਅੱਛਾ ਲੰਗਰ ਤੇ ਵੀ ਤੁਸੀਂ ਸਵਾਲ ਕਰਦੇ ਹੋ ਨਾ ਤੁਸੀਂ ਮੈਂ ਬਹੁਤ ਸਾਰੇ ਮੇਰੇ ਵੀ ਦੋਸਤ ਹੈਗੇ ਨੇ ਉਹ ਕਹਿੰਦੇ ਯਾਰ ਅਸੀਂ ਗੁਰਦੁਆਰੇ ਚੋਂ ਲੰਗਰ ਨਹੀਂ ਛੱਕ ਸਕਦੇ ਜਾਂ ਜਿਤਨਾ ਹੁਣ ਲੰਗਰ ਲੱਗਦੇ ਨੇ ਸੜਕਾਂ ਤੇ ਲੰਗਰ ਲੱਗਦੇ ਨੇ ਬਹੁਤ ਸਾਰੇ ਪਾਦਰੀ ਜਾਂ ਪਾਸਟਰ ਜਾਂ ਜਿਹੜੇ ਤੁਹਾਡੀ ਕਮਿਊਨਿਟੀ ਨਾਲ ਸੰਬੰਧਤ ਲੋਕ ਨੇ ਉਹ ਪ੍ਰਸ਼ਾਦਾ ਨਹੀਂ ਛੱਕਦੇ ਫਿਰ ਇਹਦਾ ਕੀ ਮਤਲਬ ਮੰਨਿਆ ਜਾਵੇ ਕਿ ਉਹ ਫਿਰ ਸ਼ੈਤਾਨ ਦਾ ਲੰਗਰ ਜਿਹੜਾ ਉਹ ਅਮਰਤਪਾਲ ਕਹਿ ਰਿਹਾ ਉਹ ਸਹੀ ਕਹਿ ਰਿਹਾ ਦੇਖੋ ਜੀ ਇਹ ਸਵਾਲ ਬੜਾ ਇੰਟਰਸਟਿੰਗ ਸਵਾਲ ਆ ਜੀ ਇਹਦੇ ਤੇ ਖੁੱਲ ਕੇ ਗੱਲ ਕਰਨੀ ਚਾਹੀਦੀ ਕਰੋ ਕਰੋ ਹੁਣ ਇਹਦੇ ਵਿੱਚ ਇੱਕ ਮੁੱਦਾ ਸਮਾਜ ਵਾਲ ਵੇਖਿਆ ਜਾਏ ਜਾਂ ਬਾਈਬਲ ਵਾਲ ਵੇਖਿਆ ਜਾਏ ਅੱਜ ਤੱਕ ਜਿੰਨੇ ਵੀ ਬੰਦੇ মিডিਆ ਦੇ ਅੱਗੇ ਆਂਦੇ ਨੇ ਉਹ 95% ਲੀਡਰ ਹੀ ਆਏ ਨੇ ਡਵੇਡਾਂ ਤੇ ਜਿਹੜੇ ਬੈਠੇ ਨੇ ਉਹ ਲੀਡਰ ਹੀ ਆਏ ਨੇ ਉਹਨਾਂ ਨੂੰ ਬਾਈਬਲ ਬਾਰੇ ਕੁਝ ਨਹੀਂ ਪਤਾ ਬਾਈਬਲ ਇਹ ਦੱਸਦਾ ਏ ਕਿ ਜਿਹੜੀ ਭੇਟ ਜੀ ਤੈਨੂੰ ਪਤਾ ਵੀ ਇਹ ਭੇਟ ਕਰਕੇ ਚੜਾਈ ਗਈ ਤੂੰ ਉਹਨੂੰ ਨਾ ਖਾ ਬਾਈਬਲ ਦੱਸਦਾ ਮੈਂ ਨਹੀਂ ਕਹਿੰਦਾ ਬਾਈਬਲ 'ਚ ਲਿਖਿਆ ਹੁਣ ਮੈਂ ਇਹ ਹੀ ਗੱਲ ਆ ਕਿਸੇ ਸਿੱਖ ਭਾਈ ਨੂੰ ਪੁੱਛ ਲਵਾਂ ਤੁਸੀਂ ਕਹਿੰਦੇ ਸਾਰੇ ਗੁਰੂ ਇੱਕ ਨੇ ਸਤਿਕਾਰ ਕਰਨਾ ਚਾਹੀਦਾ ਤੇ ਫਿਰ ਭਾਈ ਅਮਰਤਪਾਲ ਜੀ ਦਾ ਸਵਾਲ ਹੈ ਨਾ ਤੇ ਭਾਈ ਅਮਰਤਪਾਲ ਨੂੰ ਮੈਂ ਕਹਿੰਦਾ ਜੇ ਤੂੰ ਸਾਰਿਆਂ ਦਾ ਸਤਿਕਾਰ ਕਰਨਾ ਤੇ ਅੱਜ ਕਿਸੇ ਕਬਰ ਤੇ ਜਾ ਕੇ ਮੱਥਾ ਟੇਕ ਅੱਜ ਕਿਸੇ ਮੜੀ ਤੇ ਜਾ ਕੇ ਸਜਦਾ ਕਰ ਨਹੀਂ ਨਹੀਂ ਵਨ ਮਿੰਟ ਵਨ ਮਿੰਟ ਕਿਸੇ ਮੜੀ ਤੇ ਜਾ ਕੇ ਸਜਦਾ ਕਰ ਹਾਂਜੀ ਕਿਸੇ ਹੋਰ ਦੇਵਤੇ ਦੇ ਅੱਗੇ ਜਾ ਕੇ ਝੋਕ ਕਿ ਉਹ ਕੀ ਕਹੇਗਾ ਵੀ ਮੇਰੇ ਪਾਤਸ਼ਾਹ ਨੇ ਨਹੀਂ ਸਿਕਾਇਆ ਜਾਣੇ ਕਿ ਜਿਹੜਾ ਸਮਾਜ ਏ ਤੇ ਗ੍ਰੰਥ ਏ ਇਹ ਅਲੱਗ-ਅਲੱਗ ਚੀਜ਼ਾਂ ਨੇ ਇਹ ਅਲੱਗ-ਅਲੱਗ ਚੀਜ਼ਾਂ ਨੇ ਕੁਝ ਲੋਕ ਸਮਾਜ ਨੂੰ ਜੋੜਨ ਦੇ ਲਈ ਰੱਦ ਕਰ ਦਿੰਦੇ ਆ ਗ੍ਰੰਥ ਸਾਹਿਬ ਨੂੰ ਠੀਕ ਹੈ ਜੀ ਪਵਿੱਤਰ ਧਰਮ ਸ਼ਾਸਤਰ ਬਾਈਬਲ ਨੂੰ ਅਸੀਂ ਕਿਹਨੇ ਸਮਾਜ ਵੀ ਜੁੜਿਆ ਰਹੇ ਅਸੀਂ ਇਹ ਚੀਜ਼ ਨੂੰ ਰੱਦ ਨਹੀਂ ਕਰ ਸਕਦੇ ਚਾਹੇ ਕੋਈ ਸੁਣੇ ਚਾਹੇ ਨਾ ਸੁਣੇ ਮੰਨੇ ਜਾਂ ਨਾ ਮੰਨੇ ਹੁਣ ਤੁਸੀਂ ਤਾਂ ਪ੍ਰਸ਼ਾਦ ਦੀ ਗੱਲ ਕਹੀ ਹੈ ਨਾ ਅਜੇ ਦੂਜੀ ਗੱਲ ਤੁਸੀਂ ਸੁਣੋਗੇ ਨਾ ਤੁਸੀਂ ਹੈਰਾਨ ਹੋ ਜਾਓਗੇ ਬਾਈਬਲ ਇਹ ਦੱਸਦਾ ਹੈ ਕੂਚ 20 ਅਧਿਆਏ ਦੇ ਵਿੱਚ ਕਿ ਤੂੰ ਕੇਵਲ ਆਪਣੇ ਸਿਰਜਣਹਾਰ ਅੱਗੇ ਮੱਥਾ ਟੇਕਣਾ ਕੇਵਲ ਜੀ ਤੂੰ ਪਰਮੇਸ਼ਰ ਦੀ ਇਬਾਦਤ ਕਰਨੀ ਪੂਰੀ ਜਾਨ ਦੇ ਨਾਲ ਪੂਰੇ ਮਨ ਦੇ ਨਾਲ ਤੇ ਪੂਰੇ ਦਿਲ ਦੇ ਨਾਲ ਪੂਰੇ ਜੋਰ ਨਾਲ ਪ੍ਰਭੂ ਦੀ ਬਾਣੀ ਪਰਮੇਸ਼ਰ ਨੂੰ ਸਜਦਾ ਕਰਨਾ ਤੁਸੀਂ ਸਿੱਖੋ ਮੈਂ ਤੁਹਾਡਾ ਵੈਲਕਮ ਕਰਦਾ ਤੁਸੀਂ ਮੇਰੇ ਨਾਲ ਖਾਓ ਪੀਓ ਰਵੋ ਮੇਰੇ ਕੋਲ ਮੈਂ ਵੈਲਕਮ ਕਰਦਾ ਅਗਰ ਜਦੋਂ ਗੱਲ ਆ ਗਈ ਬਾਈਬਲ ਨੂੰ ਰੱਦ ਕਰਨ ਦੀ ਮੈਂ ਤੁਹਾਨੂੰ ਰੱਦ ਦਾਗਾ ਤੁਹਾਡੇ ਪਿਆਰ ਨੂੰ ਰੱਦਾਂਗਾ ਮੈਂ ਬਾਈਬਲ ਨੂੰ ਕਦੀ ਨਹੀਂ ਰੱਦਾਂਗਾ ਜੀ ਮੈਂ ਬਾਈਬਲ ਦੀ ਰੱਦ ਕਰਨ ਦੀ ਨਹੀਂ ਗੱਲ ਕਰ ਰਿਹਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਨਾ ਅਸੀਂ ਭਾਈਚਾਰਾ ਰੱਖਦੇ ਹਾਂ ਹਾਂਜੀ ਸਿੱਖ ਭਾਈਚਾਰੇ ਦੇ ਨਾਲ ਤੁਸੀਂ ਕਹਿੰਦੇ ਭਾਈਚਾਰਾ ਜੇ ਮੈਂ ਤੁਹਾਨੂੰ ਕਹਿੰਨਾ ਵੀ ਆਓ ਮੇਰਾ ਤੁਹਾਡਾ ਪਿਆਰ ਹੈ ਮੈਂ ਤੁਹਾਡੇ ਨਾਲ ਭਾਈਚਾਰਾ ਨਿਭਾਉਣਾ ਹੈ ਮੈਂ ਤੁਹਾਡੇ ਘਰ ਜਾ ਕੇ ਭੋਜਨ ਸ਼ੱਕਦਾ ਤੁਸੀਂ ਮੇਰੇ ਗੁਰਦੁਆਰੇ ਚ ਆ ਕੇ ਭੋਜ ਚ ਚਰਚ ਜਾ ਕੇ ਭੋਜਨ ਸ਼ਗਨ ਫਿਰ ਉਥੇ ਭਾਈ ਚਾਰਾ ਕਿਉਂ ਨਹੀਂ ਰਹਿਣਾ ਦੇਖੋ ਜੀ ਭਾਈ ਚਾਰਾ ਤੁਸੀਂ ਬੜੀ ਵਧੀਆ ਗੱਲ ਕੀਤੀ ਘਰੇ ਬੁਲਾਓ ਤੁਸੀਂ ਮੈਨੂੰ ਘਰੇ ਮਖਾਨੇ ਮੈਂ ਮੈਂ ਚਰਚ ਦੀ ਤੇ ਗੁਰਦੁਆਰੇ ਦੀ ਗੱਲ ਕਰ ਰਿਹਾ ਮੈਂ ਮੈਂ ਮੇਰੀ ਗੱਲ ਸੁਣੋ ਮੇਰੀ ਗੱਲ ਮੇਰਾ ਸਵਾਲ ਕੰਪਲੀਟ ਹੋਣ ਦਿਓ ਹਾਂਜੀ ਮੈਂ ਤੁਹਾਡੇ ਚਰਚ ਦੀ ਗੱਲ ਕੀਤੀ ਤੁਸੀਂ ਕਹਿੰਦੇ ਸਾਡਾ ਚਰਚ ਪਰਮੇਸ਼ਰ ਦਾ ਕਾਰ ਹੈ ਮੈਂ ਮੰਨਦਾ ਮੈਂ ਮੰਨ ਲਿਆ ਤੁਹਾਡਾ ਪਰਮੇਸ਼ਰ ਦਾ ਕਾਰ ਹੈ ਮੈਂ ਕਹਿੰਦਾ ਵੀ ਗੁਰੂ ਸਾਹਿਬ ਨੇ ਗੁਰਦੁਆਰੇ ਵੀ ਪਰਮੇਸ਼ਰ ਦਾ ਕਾਰ ਹੈ ਉਹੀ ਗੁਰੂ ਦਾ ਕਾਰ ਹੈ ਮੈਂ ਤੁਹਾਡੇ ਚਰਚ ਜਾਣ ਨੂੰ ਤਿਆਰ ਹਾਂ ਮੈਨੂੰ ਆਜ ਲੈ ਜਾਓ ਜਿਹੜੀ ਚੀਜ਼ ਤੁਸੀਂ ਖਾਓਗੇ ਹੋ ਸਕਦਾ ਮੈਂ ਉਹ ਨਾ ਵੀ ਸੇਵਨ ਕਰਦਾ ਮੈਂ ਤਾਂ ਵੀ ਖਾ ਲਾਂਗਾ ਹਾਂਜੀ ਠੀਕ ਹੈ ਜੀ ਪਰ ਤੁਸੀਂ ਮੇਰੇ ਨਾਲ ਚਲੋ ਗੁਰਦੁਆਰੇ ਚ ਦਾਲ ਫੁਲਕਾ ਚੱਲਦਾ ਨਾ ਹਾਂਜੀ ਗੁਰਦੁਆਰੇ ਤੁਸੀਂ ਦਾਲ ਫੁਲਕਾ ਮੇਰੇ ਨਾਲ ਖਾਓ ਫਿਰ ਤੇ ਮੈਂ ਵੀ ਮੰਨਾਂ ਭਾਈਚਾਰਕ ਸਾਜ ਹੈ ਸਾਡੀ ਦੇਖੋ ਜੀ ਭਾਈਚਾਰਕ ਸਾਜ ਹੈ ਜਿਹੜੀ ਉਹਦੇ ਚ ਮੈਂ ਪਹਿਲਾਂ ਹੀ ਜਵਾਬ ਦੇ ਚੁੱਕਾ ਹਾਂ ਕਿ ਬਾਈਬਲ ਨੂੰ ਰੱਦਣ ਵਾਲੀ ਗੱਲ ਹੋ ਜਾਂਦੀ ਬਾਈਬਲ ਨਾ ਨਾ ਬਾਈਬਲ ਨੂੰ ਰੱਦਣ ਬਾਈਬਲ ਦਾ ਹੁਕਮ ਹੈ ਏ ਬਾਈਬਲ ਦਾ ਸੰਦੇਸ਼ ਏ ਕਿ ਜਿਹੜੀ ਤੇਰੇ ਸਾਹਮਣੇ ਕਿਸੇ ਵੀ ਚੀਜ਼ ਦੀ ਭੇਟ ਏ ਤੂੰ ਉਹ ਨੂੰ ਨਹੀਂ ਖਾਣਾ ਸਾਡੀ ਬਾਈਬਲ ਦੇ ਵਿੱਚ ਸਿੰਘ ਸਾਹਿਬ ਜੀ ਮੈਨੂੰ ਪਤਾ ਹੈ ਕਿ ਵੀਡੀਓ ਸ਼ਾਇਦ ਪੂਰੀ ਨਾ ਚੱਲੇ ਚੱਲੂਗੀ ਬਾਈਬਲ ਦੇ ਵਿੱਚ ਇੱਕ ਬਾਈਬਲ ਦੇ ਵਿੱਚ ਪਰਮੇਸ਼ਰ ਦੇ ਬੰਦੇ ਹੋਏ ਨੇ ਸੈਦਰਕ ਮੈਸਜ ਅਦਣ ਕੋ ਠੀਕ ਹੈ ਜੀ ਦਾਨੀਆਲ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਮੰਨਸੀ ਹੋਈ ਚੀਜ਼ ਖਾਓ ਠੀਕ ਹੈ ਜੀ ਤੇ ਤੁਹਾਡੇ ਪ੍ਰਾਣ ਬਚਾਏ ਜਾਣਗੇ ਜੇ ਮੈਂ ਪੂਰਾ ਦੱਸਾਂਗਾ ਲੰਮੀ ਬੜੀ ਹੋ ਜਾਏਗੀ ਉਹਨਾਂ ਨੇ ਉਹ ਨੂੰ ਰੱਦ ਕਰਤਾ ਉਹ ਕਹਿੰਦੇ ਵੀ ਨਹੀਂ ਸਾਡੇ ਪ੍ਰਭੂ ਦਾ ਹੁਕਮ ਨਹੀਂ ਹੈ ਜਿੱਥੇ ਭਾਈ ਚਾਰੇ ਦੀ ਗੱਲ ਤੁਸੀਂ ਮੈਨੂੰ ਘਰੇ ਬੁਲਾਓ ਮੈਂ ਤਿਆਰ ਹਾਂ ਤੁਸੀਂ ਮੇਰੇ ਨਾਲ ਖਾਓ ਪੀਓ ਮੈਂ ਤਿਆਰ ਹਾਂ ਜਦੋਂ ਬਾਈਬਲ ਦੇ ਆ ਜਾਂਦਾ ਕਿਸੇ ਬਾਈਬਲ ਦੇ ਹੁਣ ਪ੍ਰਭੂ ਭੋਜੇ ਮੈਂ ਪ੍ਰਭੂ ਭੋਜ ਤੁਹਾਨੂੰ ਦੱਸਾਂਗਾ ਤੁਹਾਡੇ ਅੱਗੇ ਰੱਖਾਂਗਾ ਤੁਹਾਡਾ ਮਾਣੇ ਖਾਓ ਜਾਂ ਨਾ ਖਾਓ ਜੇ ਨਹੀਂ ਖਾਓਗੇ ਮੈਂ ਤੁਹਾਨੂੰ ਦੱਸਾਂਗਾ ਜੇ ਖਾ ਲਿਆ ਧੰਨਵਾਦ ਹੈ ਨਾ ਖਾਦਾ ਧੰਨਵਾਦ ਹੈ ਇਹਦੇ 'ਚ ਤਾਂ ਗੁੱਸਾ ਕਰਨ ਵਾਲੀ ਕੋਈ ਗੱਲ ਨਹੀਂ ਜੇ ਕੋਈ ਹੁਣ ਮੇਰੀ ਇੱਛਾ ਠੀਕ ਹੈ ਜੀ ਮੇਰੀ ਇੱਛਾ ਵੀ ਮੈਂ ਲੰਗਰ ਨੂੰ ਖਾਣਾ ਜਾਂ ਨਹੀਂ ਅਜੇ ਬੜੇ ਲੋਕ ਨੇ ਜਿਹੜੇ ਉਹ ਖਾ ਵੀ ਲੈਂਦੇ ਨੇ ਠੀਕ ਹੈ ਜੀ ਬੜੇ ਲੋਕ ਨਹੀਂ ਖਾਂਦੇ ਠੀਕ ਹੈ ਜੀ ਹੁਣ ਅਸੀਂ ਜਿਹੜੇ ਨਹੀਂ ਖਾਂਦੇ ਪਏ ਉਹ ਬਾਈਬਲ ਦੀ ਗੱਲ ਆ ਹਮ ਬਾਈਬਲ ਦੇ ਵਿੱਚ ਲਿਖਿਆ ਇੱਕ ਗੱਲ ਹੋਰ ਕਹਿਣਾ ਮੈਂ ਕਹਿੰਦਾ ਵੀ ਚਲੋ ਜੇ ਮੰਨ ਲਓ ਮੈਂ ਅਰਦਾਸ ਕਰ ਦਿੱਤੀ ਵੀ ਮੈਂ ਮਾ ਪਾਤਸ਼ਾਹ ਭੋਜਨ ਤਿਆਰ ਹੈ ਤੁਸੀਂ ਪੋਗ ਲਾਓ ਤੇ ਸਾਰੀ ਸੰਗਤ ਛੱਕੇ ਹਨਾ ਮੈਂ ਅਰਦਾਸ ਕਰਤੀ ਹੁਣ ਤੁਹਾਨੂੰ ਭੁੱਖ ਲੱਗੀ ਹੈ ਹਨਾ ਤੁਸੀਂ ਆ ਗਏ ਹੋ ਪਰ ਤੁਸੀਂ ਆਪਣੀ ਅਰਦਾਸ ਕਰਕੇ ਖਾ ਲੋ ਜ਼ਰੂਰੀ ਥੋੜੀ ਵੀ ਮੇਰੀ ਅਰਦਾਸ ਤੇ ਤੁਸੀਂ ਰਹਿਣਾ ਤੁਸੀਂ ਆਪਣੇ ਅਰਦਾਸ ਕਰ ਲਓ ਮੈਨੂੰ ਲੈ ਚਲੋ ਮੈਂ ਤੁਸੀਂ ਆਪਣੇ ਚਰਚ ਦੀ ਅਰਦਾਸ ਕਰ ਲਓ ਮੈਂ ਆਪਣੇ ਗੁਰੂ ਸਾਹਿਬ ਨੂੰ ਯਾਦ ਕਰਕੇ ਤੁਹਾਡਾ ਭੋਜਨ ਛੱਕਣ ਨੂੰ ਤਿਆਰ ਤੇ ਫਿਰ ਭੋਜਨ ਤੇ ਭੋਜਨ ਦੇ ਨਾਲ ਕੀ ਦੇਖੋ ਜੀ ਆ ਤੁਸੀਂ ਹੁਣ ਗੱਲ ਕੀਤੀ ਵੀ ਤੁਸੀਂ ਆਪਣੇ ਗੁਰੂ ਸਾਹਿਬ ਨੂੰ ਯਾਦ ਕਰਕੇ ਕੋਈ ਖਾ ਲੋ ਬਾਈਬਲ ਦੇ ਵਿੱਚ ਲਿਖਿਆ ਕਿ ਜਿਹੜੀ ਚੀਜ਼ ਦਾ ਤੁਹਾਨੂੰ ਪਤਾ ਨਹੀਂ ਠੀਕ ਹੈ ਜੀ ਤੁਸੀਂ ਉਹਦੇ ਤੇ ਪ੍ਰੇਅਰ ਕਰੋ ਤੇ ਖਾ ਲੋ ਜੀ ਬਿਲਕੁਲ ਮੈਂ ਉਹ ਹੀ ਕਹਿ ਰਿਹਾ ਮੈਂ ਜਿੰਨੇ ਤੇ ਪ੍ਰੇਰ ਕਰੋ ਖਾ ਲੋ ਜੇ ਪਤਾ ਨਹੀਂ ਤਾਂ ਜੇ ਤੁਹਾਡੇ ਸਾਹਮਣੇ ਹੀ ਭੇਟ ਅੱਜ ਤੁਸੀਂ ਕਹੋ ਲੰਗਰ ਖਾਓ ਕੱਲ ਨੂੰ ਕੋਈ ਕਹੇਗਾ ਵੀ ਮੜੀ ਦੀ ਭੇਟ ਹੈ ਉਹ ਖਾਓ ਤੁਸੀਂ ਪਰਸੋ ਕੋਈ ਕਹਿ ਦੇਗਾ ਆਹ ਮੇਰੀ ਨਮਾਜ਼ ਦੀ ਭੇਟ ਹੈ ਤੁਸੀਂ ਇਹ ਖਾਓ ਚੌਥੇ ਕੋਈ ਕਹਿ ਦੇਗਾ ਭਾਈ ਤੁਸੀਂ ਆਹ ਤੇ ਆ ਖਾਓ ਤੇ ਫਿਰ ਮਸੀਹ ਮਸੀਹਤ ਕਾਦੀ ਰਹਗੀ ਬਈ ਬਾਈਬਲ ਨੂੰ ਪੂਰਾ ਕਰਨਾ ਪ੍ਰਭੂ ਯਸ਼ਮ ਸਿੰਘ ਜੀ ਇਹ ਗੱਲਾਂ ਦੇ ਪਿੱਛੇ ਤੁਰਨਾ ਹੈ ਕਿ ਲੋਕਾਂ ਦੀਆਂ ਗੱਲਾਂ ਪਿੱਛੇ ਤੁਰਨਾ ਮੈਂ ਜਿਹੜੀ ਗੱਲ ਉਹ ਤੁਸੀਂ ਕਹਿ ਰਹੇ ਹੋ ਬਈ ਸ਼ੈਤਾਨ ਦਾ ਲੰਗਰ ਉਹ ਨਹੀਂ ਅਸੀਂ ਮੰਨਦੇ ਉਹ ਤੁਸੀਂ ਨਹੀਂ ਮੰਨਦੇ ਤੋ ਇਹ ਕਿ ਆ ਮੈਂ ਅਮਰਤਪਾਲ ਜੀ ਨੇ ਕਿਹਾ ਨਾ ਵੀ ਤੁਸੀਂ ਸਾਡੇ ਗੁਰੂ ਦੇ ਲੰਗਰ ਨੂੰ ਕਹਿੰਦੇ ਇਹ ਸ਼ੈਤਾਨ ਦਾ ਲੰਗਰ ਹਾਂਜੀ ਤੇ ਤੁਸੀਂ ਇਸ ਗੱਲ ਨੂੰ ਕਿਵੇਂ ਲੈਂਦੇ ਮੈਂ ਦੇਖੋ ਜੀ ਇਹ ਸ਼ੈਤਾਨ ਦਾ ਲੰਗਰ ਹੈ ਜਿਹੜਾ ਇਹ ਜਿਹੜੀ ਗੱਲ ਹੈ ਇਹ ਗਲਤ ਹੈ ਅੱਛਾ ਇਹ ਜਿਹੜਾ ਕੋਈ ਕਹਿੰਦਾ ਤੁਸੀਂ ਮੈਂ ਕਹਿੰਦਾ ਵੀ ਜਿਹੜਾ ਬੰਦਾ ਕਹਿੰਦਾ ਵੀ ਦਸਾਂ ਗੁਰਾਂ ਨੂੰ ਇਹ ਸ਼ੈਤਾਨ ਨੇ ਜਿਹੜਾ ਕਹਿੰਦਾ ਇਹ ਸ਼ੈਤਾਨ ਦਾ ਲੰਗਰ ਹੈ ਭਾਈ ਅਮਰਤਪਾਲ ਨੂੰ ਉਹਦੇ ਤੇ ਬੋਲਣ ਦੀ ਲੋੜ ਨਹੀਂ ਤੁਹਾਨੂੰ ਬੋਲਣ ਦੀ ਲੋੜ ਤੁਸੀਂ ਦੱਸੋ ਜੇ ਮੈਂ ਪੂਰੇ ਪੰਜਾਬ 'ਚ ਬੂਰੀ ਤਰ੍ਹਾਂ ਆੜ ਸਕਦਾ ਹੂੰ ਪਾਇਮਰਦਪਾਲ ਦੇ ਨਾਲ ਤੇ ਮੈਂ ਪਾਸਰ ਦੇ ਨਾਲ ਲੜਨ ਤੋਂ ਮੈਨੂੰ ਕੀ ਦਰਾਜ ਹੈ ਜੀ ਇਹ ਉਹਦੀ ਇੱਛਾ ਜੇ ਕੋਈ ਬੰਦਾ ਜਾਣਾ ਚਾਹੁੰਦਾ ਜਾਏ ਆਉਣਾ ਚਾਹੁੰਦਾ ਆਏ ਪਰ ਡਾਇਰੈਕਟ ਕਿਸੇ ਨੂੰ ਕਹਿਣਾ ਇਹ ਗਲਤ ਹੈ ਸ਼ੈਤਾਨ ਹੈ ਜੀ ਇਹ ਨਹੀਂ ਮੈਂ ਕਹਿੰਦਾ ਸ਼ੈਤਾਨ ਨਹੀਂ ਹੈ ਬਾਈਬਲ ਚ ਲਿਖਿਆ ਸ਼ੈਤਾਨ ਹੈ ਪਰ ਦਸਾਂ ਗੁਰਾਂ ਨੂੰ ਸ਼ੈਤਾਨ ਕਹਿਣਾ ਇਹ ਗਲਤ ਹੈ ਇਹ ਗਲਤ ਹੈ ਇਹ ਗਲਤ ਹੈ ਓਕੇ ਓਕੇ ਹਾਂ ਅੱਛਾ ਇੱਕ ਚੀਜ਼ ਹੋਰ ਮੈਂ ਜਾਣਨੀ ਚਾਹਾਂਗਾ ਤੁਸੀਂ ਕਹਿੰਦੇ ਹੋ ਵੀ ਆ ਰੋਹਾਨੀ ਤਾਕਤਾਂ ਹੁੰਦੀਆਂ ਨੇ ਜਿਤਨਾ ਕਿਸੇ ਦੇ ਵਿੱਚ ਸ਼ੈਤਾਨ ਆ ਗਿਆ ਰੂਹ ਆ ਗਈ ਤੇ ਤੁਹਾਡਾ ਪਾਸਟਰ ਦੂਰੋਂ ਖੜੇ ਬੰਦਿਆਂ ਨੂੰ ਵੇਖਦਾ ਉਹ ਫਾਇਰ ਬੋਲਦਾ ਤੇ ਉਹ ਕੰਮਣ ਲੱਗ ਪੈਂਦੇ ਨੱਚਣ ਲੱਗ ਪੈਂਦੇ ਇਹਨੂੰ ਕਿੱਥੋਂ ਤੱਕ ਜਾਇਜ ਮੰਨਦੇ ਆ ਆ ਦੇਖੋ ਜੀ ਵੈਰੀ ਗੁੱਡ ਇਹ ਤੁਹਾਡਾ ਸਵਾਲ ਬਹੁਤ ਵਧੀਆ ਆ ਆ ਤੁਸੀਂ ਇਸ ਗੱਲ ਤੇ ਯਕੀਨ ਕਰਦੇ ਹੋ ਕਿ ਸਪਿਰਿਟ ਹੁੰਦਾ ਜਿਹੜਾ ਦੁਸ਼ਟ ਆਤਮਾ ਹੁੰਦਾ ਹੈ ਜਾਂ ਨਹੀਂ ਦੇਖੋ ਗੁਰਬਾਣੀ ਦੇ ਇਹ ਗੁਰਬਾਣੀ ਇਸ ਚੀਜ਼ ਨੂੰ ਨਹੀਂ ਮੰਨਦੀ ਗੁਰਬਾਣੀ ਕਹਿੰਦੀ ਵੀ ਕੋਈ ਦੁਸ਼ਟ ਆਤਮਾ ਨਹੀਂ ਹੁੰਦੀ ਉਹ ਬੰਦੇ ਨੂੰ ਸ਼ੈਤਾਨ ਮੰਨਦੀ ਹੈ ਤੇ ਬੰਦੇ ਨੂੰ ਭਗਵਾਨ ਮੰਨਦੀ ਹੈ ਗੁਰਬਾਣੀ ਦਾ ਗੁਰਬਾਣੀ ਦਾ ਇਹ ਕਥਨ ਹੈ ਕਿ ਬੰਦੇ ਦੇ ਅੰਦਰ ਹੀ ਸਭ ਕੁਝ ਹੈ ਜੇ ਇੱਕ ਮਿੰਟ ਬੰਦੇ ਬੰਦੇ ਦੇ ਚੰਗੇ ਵਿਚਾਰ ਨੇ ਤੋ ਪਰਮਾਤਮਾ ਦਾ ਰੂਪ ਹੈ ਹਰ ਕਾ ਸੰਤ ਜਿਹੜਾ ਹਰ ਜੈਸਾ ਹੋਏ ਮਤਲਬ ਕਹਿਣ ਦਾ ਭਾਵ ਉਹ ਰੱਬ ਦਾ ਬੰਦਾ ਜਿਹੜਾ ਉਹ ਰੱਬ ਹੀ ਹੈ ਗੁਰਬਾਣੀ ਇਹ ਕਹਿੰਦੀ ਹੈ ਇੱਕ ਮਿੰਟ ਵਿਚਾਰਾਂ ਦੀ ਲੜਾਈ ਹੈ ਜੇ ਵਿਚਾਰ ਉਹਦੇ ਗਲਤ ਨੇ ਤੇ ਫਿਰ ਉਹ ਸ਼ੈਤਾਨ ਹੈ ਠੀਕ ਹੈ ਉਹੀ ਬੰਦਾ ਸ਼ੈਤਾਨ ਹੈ ਉਹੀ ਬੰਦਾ ਭਗਵਾਨ ਉਹ ਹੋਰ ਕਿ ਉਹ ਰੂਹ ਵਗੈਰਾ ਨੂੰ ਜਾਂ ਸ਼ੈਤਾਨੀ ਤਾਕਤਾਂ ਨੂੰ ਨਹੀਂ ਮੰਨਦੀ ਤੁਹਾਡਾ ਕੀ ਵਿਚਾਰ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ ਨਹੀਂ ਮੰਨਦੇ ਪਰ ਗੀਤਾ ਤੇ ਮੰਨਦੀ ਸ਼ੈਤਾਨ ਹੈ ਕੁਰਾਨ ਮੰਨਦਾ ਮੈਂ ਗੀਤਾ ਮੰਨਦੀ ਨਾ ਨਾ ਕੁਰਾਨ ਮੰਨਦਾ ਕਿ ਦੋ ਸਟ ਆਤਮਾ ਹੁੰਦੀਆਂ ਜੀ ਹਾਂਜੀ ਹਾਰੇ ਕਰ ਰਿਲੀਜਨ ਮੰਨਦਾ ਫਿਰ ਇਹਦਾ ਮਤਲਬ ਸਾਰੇ ਗਲਤ ਜੀ ਇਹਦਾ ਮਤਲਬ ਸਾਰੀ ਗੱਲ ਹੁਣ ਪੰਜਾਬ ਮੜੀਆਂ ਤੇ ਇੱਕ ਬੰਦਾ ਤੂੰ 5 ਮਿੰਟ ਧੋਣ ਕਮਾ ਕੇ ਵਿਖਾਏ 6ਵੇਂ ਮਿੰਟ ਜਦੋਂ ਵੱਲ ਪੈ ਜਾਣਾ ਇੱਕ ਬੰਦਾ ਸਾਰੀ ਰਾਤ ਖੇਡਦਾ ਬਾਹਾਂ ਦੇ ਖੇਡਦਾ ਲੇਟਦਾ ਆਪਦੇ ਆਪ ਨੂੰ ਵੱਡ ਲੈਂਦਾ ਤਰ੍ਹਾਂ ਤਰ੍ਹਾਂ ਦੀਆਂ ਹਰਕਤਾਂ ਕਰਦਾ ਕਿਹਦਾ ਦਿਲ ਕਰਦਾ ਹੂੰ ਜਵਾਨ ਜਵਾਨ ਕੁੜੀਆਂ ਨੇ ਜਿਹੜੀਆਂ ਦੂਸਤ ਆਤਮਾ ਉਹਨਾਂ ਦੇ ਨਾਲ ਰਾਤ ਨੂੰ ਸੌਂਦੇ ਵਨ ਮਿੰਟ ਮੈਨੂੰ ਗੱਲ ਪੂਰੀ ਕਰ ਲੈਣ ਦੇ ਸਰ ਦੂਸਤ ਆਤਮਾ ਰਾਤ ਨੂੰ ਆ ਕੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਤੇ ਅਟੈਕ ਕਰਦੀਆਂ ਨੇ ਬੰਦੇ ਬੜੇ 50 ਟੈਸਟ ਕਰਾਉਂਦੇ ਬਿਮਾਰੀ ਕੋਈ ਹੁੰਦੀ ਨਹੀਂ ਜਦੋਂ ਉਹਨਾਂ ਦੇ ਦਵਾ ਹੁੰਦੀ ਏ ਉਹ ਖੇਡਣ ਲੱਗ ਪੈਂਦੇ ਪ੍ਰੇਅਰ ਹੁੰਦੀ ਏ ਉਹ ਚੰਗੇ ਹੋ ਜਾਂਦੇ ਨੇ ਫੇਰ ਇਹਦਾ ਮਤਲਬ ਕੀ ਮੈਂ ਉਹੀ ਗੱਲ ਕਹਿ ਰਹਿਣਾ ਉਹਨਾਂ ਨੁਲਕਾ ਨੂੰ ਡਾਕਟਰਾਂ ਦੀ ਭਾਸ਼ਾ ਵਿੱਚ ਸਾਇੰਸ ਦੀ ਭਾਸ਼ਾ ਵਿੱਚ ਮਾਨਸਿਕ ਬਿਮਾਰ ਕਿਹਾ ਜਾਂਦਾ ਵਾ ਕਿਸੇ ਨੂੰ ਵਹਿਮ ਭਰਮਾਂ ਦੇ ਵਿੱਚ ਫਸਾ ਲੈਣਾ ਮੰਨ ਲਓ ਤੁਸੀਂ ਆ ਰਹੇ ਹੋ ਮੈਂ ਮੈਂ ਆਪਣੇ ਆ 10 ਬੰਦੇ ਮੇਰੇ ਨਾਲ ਖੜੇ ਨੇ ਮੈਂ ਇਹਨਾਂ ਦੱਸਾਂ ਨੂੰ ਕਹਾਂ ਵੀ ਪਾਸਟਰ ਜੀ ਆਉਣਗੇ ਤੁਸੀਂ ਉਹਨਾਂ ਨੂੰ ਇੱਕੋ ਹੀ ਗੱਲ ਕਰਨੀ ਵੀ ਪਾਸਟਰ ਜੀ ਅੱਗੇ ਨਾਲੋਂ ਲਿੱਸੇ ਹੋਗੇ ਜੀ ਹਣਾ ਹੁਣ ਬੇਸ਼ੱਕ ਤੁਹਾਡਾ ਸਰੀਰ ਬਿਲਕੁਲ ਠੀਕ ਹੈ ਕੋਈ ਬਿਮਾਰੀ ਨਹੀਂ ਤੁਹਾਨੂੰ ਜਦੋਂ ਦਸਾਂ ਬੰਦੇ ਨੇ ਤੁਹਾਨੂੰ ਕਹਿ ਦਿੱਤਾ ਨਾ ਵੀ ਯਾਰ ਤੂੰ ਲਿਸਾ ਹੋ ਗਿਆ ਤੇ ਉਹ ਵਾਕਿਆ ਹੀ ਤੁਹਾਨੂੰ ਲੱਗੂਗਾ ਯਾਰ ਤੁਸੀਂ ਦੁਬਾਰ ਵਾਰ ਆਪਣੇ ਆਪ ਨੂੰ ਸ਼ੀਸ਼ੇ ਚ ਵੇਖਣ ਦੀ ਕੋਸ਼ਿਸ਼ ਕਰਨੀ ਆ ਤੁਹਾਡੀ ਮਾਨਸਿਕ ਦੇ ਵਿੱਚ ਮੈਂ ਬਿਠਾ ਦੇਣਾ ਵੀ ਤੂੰ ਲਿਸਾ ਹੋ ਗਿਆ ਇਹ ਇਹੀ ਉਹ ਰੋਹਾਨੀਆਂ ਦੀ ਗੱਲ ਜਿਹੜੀ ਰੂਹਾਂ ਦੀ ਗੱਲ ਆ ਵੀ ਅਗਲੇ ਦੇ ਮਨ ਦੇ ਵਿੱਚ ਦਸਾਂ ਬੰਦੇ ਨੇ ਬਿਠਾ ਦਿੱਤੀ ਤੁਹਾਡੀ ਗੱਲ ਦਾ ਮਤਲਬ ਵੀ ਅਗਲੇ ਦੇ ਮਨ ਚ ਸ਼ੱਕ ਪਾਣਾ ਮੈਂ ਨਾ ਤੇ ਸ਼ੱਕ ਦਾ ਜਿਹੜਾ ਅਸਲੀ ਇਲਾਜ ਹੈ ਨਾ ਉਹ ਯਕੀਨ ਹੈ ਜੀ ਹੁਣ 10 ਬੰਦੇ ਖਿਲਾ ਰਹੋ ਸੁਣੋ ਦਾ ਇਲਾਜ ਕੋਈ ਨਹੀਂ ਬਈ ਵਸਿਆਣੇ ਕਹੀ ਜਾਣ ਵਹਿਮ ਦਾ ਲਾ ਇਕੀਨ ਹੈ ਮੈਂ ਕਹਿੰਨਾ ਜੀ ਵਹਿਮ ਦਾ ਲਾ ਇਕੀਨ ਹੈ ਸਿਆਣੇ ਕਹੀ ਜਾਣ ਜੋ ਮਰਜੀ ਕਹੀ ਜਾਣ ਹੁਣ ਇੱਕ 10 ਬੰਦੇ ਤੁਸੀਂ ਆਪ ਨੂੰ ਸਿਆਣਾ ਤੇ ਵੱਧ ਬੰਦੇ ਕਿਦ ਸਿਆਣੇ ਸਿਆਣੇ ਨਹੀਂ ਬਾਈਬਲ ਪੜੀ ਅਸੀਂ ਬਾਈਬਲ ਪੜੀ ਬਾਈਬਲ ਪੜਿਆ ਅਸੀਂ ਬਾਈਬਲ ਕਹਿੰਦੀ ਹੈ ਬਾਈਬਲ ਨੂੰ ਸਰ ਕੋਈ ਵੀ ਬੰਦਾ ਪੜ੍ਹੇਗਾ ਨਾ ਉਹ ਹਰ ਇੱਕ ਇਸ ਚੀਜ਼ ਦਾ ਜਵਾਬ ਦੇ ਸਕਦਾ ਹਰ ਇੱਕ ਇਸ ਚੀਜ਼ ਦਾ ਹੁਣ ਇੱਕ 10 ਬੰਦੇ ਖੜਾ ਰੋ 10 ਬੰਦੇ ਤੇ ਪ੍ਰੇਅਰ ਕਰਦੇ ਆ ਵਿੱਚੋਂ ਦੋ ਬੰਦੇ ਖੇਡਦੇ ਅੱਠ ਕਿਉਂ ਨਹੀਂ ਖੇਡਦੇ ਅੱਠਾਂ 'ਚ ਸ਼ੈਤਾਨ ਕਿਉਂ ਨਹੀਂ ਹੈ ਦੋਹਾਂ 'ਚ ਕਿਉਂ ਹੈ ਦੋ ਬੰਦੇ 5 ਸਾਲ ਤੋਂ 7 ਸਾਲ ਤੋਂ ਹੈ ਜਿਹੜਾ ਉਹ ਬੰਦੇ ਇਦਾਂ ਰਹਿ ਰਹੇ ਨੇ ਕਿਉਂ ਰਹਿ ਰਹੇ ਨੇ ਬਾਈਬਲ ਚ ਲਿਖਿਆ ਇੱਕ ਬੰਦਾ ਗਸੇਨੀਆਂ ਦੇ ਇਲਾਕੇ ਵਿੱਚ ਸੀ ਕਬਰਾਂ ਦੇ ਵਿੱਚ ਰਹਿੰਦਾ ਸੀ ਉਹ ਆਪਣੇ ਆਪ ਨੂੰ ਪੱਥਰਾਂ ਨਾਲ ਵੱਡ ਟੋਕ ਲੈਂਦਾ ਸੀਗਾ ਕੋਈ ਉਧਰ ਨਹੀਂ ਨੰਗਦਾ ਜੀਸਸ ਜਾਂਦੇ ਉਹਦੇ ਕੋਲ ਮਾਰਕਸ 5 ਦੇ ਅਾਇਚ ਜੀਸਸ ਜਾਂਦੇ ਉਹਦੇ ਕੋਲ ਉਹਦੇ ਚ ਦੁਸ਼ਟ ਆਤਮਾ ਨਿਕਲਦੀ ਲਸ਼ਕਰ ਨਿਕਲਦਾ ਲਸ਼ਕਰ ਅਣਗਿਣਤਾ ਲਸ਼ਕਰ ਨਿਕਲਦਾ ਉਹ ਬੰਦਾ ਚੰਗਾ ਹੋ ਜਾਂਦਾ ਤੇ ਦੀਪਾ ਪੁਲਿਸ ਸ਼ਹਿਰ ਵਿੱਚ ਜਾ ਕੇ ਪ੍ਰਚਾਰ ਕਰ ਸਕਦਾ ਜੇ ਤੁਸੀਂ ਕਹੋ ਸ਼ੈਤਾਨ ਨਹੀਂ ਹੈ ਤੇ ਮੈਂ ਮੰਨਣ ਲਈ ਤਿਆਰ ਨਹੀਂ ਨਹੀਂ ਉਹ ਫਿਰ ਉਹ ਜਿਹੜੀ ਚੀਜ਼ ਉਹ ਕਰਦੇ ਤੁਹਾਡੇ ਪਾਸਟਰ ਦੂਰ ਕਹਿ ਦਿੰਦੇ ਫਾਇਰ ਤੋਂ ਕੰਬਣਾ ਸ਼ੁਰੂ ਕਰਦੇ ਤਾਂ ਵਾਕਿਆ ਹੀ ਕੁਝ ਹੋ ਹੈਗਾ ਹਾਂ ਜੀ ਜੀ ਸ਼ੋਰ ਇਹ ਤਾਕਤ ਹੈ ਹਾਂ ਜੀ ਇੱਕ ਪਵਿੱਤਰ ਆਤਮਾ ਜਦੋਂ ਤੁਸੀਂ ਕਿਸੇ ਤੇ ਦੁਆ ਕਰਦੇ ਹੋ ਪਵਿੱਤਰ ਆਤਮਾ ਉਤਰਦਾ ਪਰਮੇਸ਼ਰ ਤੇ ਨਹੀਂ ਸਾਂਜ ਕੰਮ ਕੀਤਾ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਵਿੱਚ ਪਵਿੱਤਰ ਆਤਮਾ ਉਤਰਦਾ ਉਹ ਪਵਿੱਤਰ ਆਤਮਾ ਨਾ ਪਰ ਜਾਂਦੇ ਇੱਕ ਬੰਦੇ ਦੇ ਦੁਆਰ ਹੁੰਦੀ ਉਹ ਬੜਾ ਨਸ਼ਾ ਕਰਦਾ ਉਹਦੇ ਤੇ ਦੁਆਰ ਹੁੰਦੀ ਤੇ ਉਹਦੇ ਪਵਿੱਤਰ ਆਤਮਾ ਉਤਰਦਾ ਉਹ ਤੋਂ ਬਾਅਦ ਉਹਦੀ ਮੰਡਲੀ ਬਦਲ ਜਾਂਦੀ ਜੀ ਉਹਦਾ ਤਰੀਕਾ ਬਦਲ ਜਾਂਦਾ ਉਹਦਾ ਬਹਿਣ ਉਠਣ ਦਾ ਢੰਗ ਬਦਲ ਜਾਂਦਾ ਇੱਕ ਪਵਿੱਤਰ ਆਤਮਾ ਹੈ ਇੱਕ ਦੁਸ਼ਟ ਆਤਮਾ ਹੈ ਇਹਨਾਂ ਦੋਨਾਂ ਤੇ ਵੇਖਣਾ ਪੈਂਦਾ ਇਹ ਬਾਈਬਲ ਦੱਸਦਾ ਅੱਛਾ ਇੱਕ ਤੁਹਾਡਾ ਤਰੀਕਾ ਜਿਹੜਾ ਨਾ ਜਿਹੜਾ ਅਜੀਤ ਅਮਰਤਪਾਲ ਨੇ ਉਹ ਵੀ ਸਵਾਲ ਚੁੱਕਿਆ ਸੀਗਾ ਕਿ ਤੁਹਾਡੇ ਲੋਕ ਜਿਹੜੇ ਆ ਪਿੰਡਾਂ ਦੇ ਵਿੱਚ ਜਾਂਦੇ ਨੇ ਪੋਸਟਰ ਵੰਡ ਕਿਉਂ ਦਿੰਦੇ ਨੇ ਜਿਹੜਾ ਨਹੀਂ ਵੀ ਐਸਾਈ ਭਾਰੀ ਚਾਲੇ ਨਾਲ ਸੰਬੰਧਤ ਉਹਦੇ ਘਰੇ ਵੀ ਪੋਸਟਰ ਸੁੱਟ ਕੇ ਆਉਂਦੇ ਨੇ ਉਹ ਵੀ ਜਾਣੇ ਅਣਜਾਣੇ ਚਲੋ ਕੋਈ ਬੱਚਾ ਨਾ ਪੜਦਾ ਉਹ ਕੋਈ ਸਿਆਣਾ ਨਾ ਪੜਦਾ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਉਹ ਵੀ ਪੜਿਆ ਹੀ ਜਾਂਦਾ ਅੱਖਾਂ ਦੇ ਵਿੱਚ ਦੀ ਕਾਢ ਹੀ ਲੈਂਦਾ ਵੇ ਕੀ ਲਖਿਆ ਕੀ ਆ ਹੈਨਾ ਤੇ ਉਹ ਉਹ ਉਹਦਾ ਇੱਕ ਸਵਾਲ ਵੀ ਇਹ ਤੁਹਾਡਾ ਗਲਤ ਤਰੀਕਾ ਵਾ ਤੁਸੀਂ ਘਰਾਂ ਚ ਕਿਉਂ ਜਾਂਦੇ ਹੋ ਜੇ ਤੁਹਾਨੂੰ ਲੱਗਦਾ ਵੀ ਸਾਡਾ ਬਾਈਬਲ ਸਹੀ ਆ ਜਾਂ ਤੁਸੀਂ ਪ੍ਰਚਾਰਕ ਵਧੀਆ ਹੋ ਤੇ ਤੁਸੀਂ ਆਪਣੇ ਘਰ ਉਹਨਾਂ ਨੂੰ ਬੁਲਾਓ ਜਾਂ ਇੱਕ ਸਮਾਗਮ ਰੱਖ ਲਓ ਉੱਥੇ ਬਹਿ ਕੇ ਪ੍ਰਚਾਰ ਕਰੋ ਆਪਣਾ ਦੇਖੋ ਤੁਹਾਡੇ ਸਵਾਲ ਬਹੁਤ ਵਧੀਆ ਨੇ ਵੈਰੀ ਗੁੱਡ ਆਪਾਂ ਇਹਨਾਂ ਦਾ ਹਰੇਕ ਦਾ ਆਨਸਰ ਦਾਂਗੇ ਬਾਈਬਲ ਮੈਂ ਬਾਈਬਲ ਦੀ ਗੱਲ ਕਰਾਂਗਾ ਬਾਈਬਲ ਕੀ ਕਹਿੰਦਾ ਜੀ ਜੀ ਬਾਈਬਲ 'ਚ ਲਿਖਿਆ ਤੁਸੀਂ ਧਰਤੀ ਦੇ ਬੰਨੇ ਬੰਨੇ ਤੱਕ ਪਰਮੇਸ਼ਰ ਦੇ ਗਵਾਓ ਜੀ ਬੰਦੇ ਦਾ ਫਰਜ਼ ਬੰਦਾ ਜਿਹੜਾ ਬੰਦਾ ਪ੍ਰਭੂ ਦੇ ਪਿੱਛੇ ਆ ਜਾਂਦਾ ਉਹ ਗਵਾਹੀ ਦਿੰਦਾ ਕਿਸੇ ਹੁਣ ਮੈਂ ਤੁਹਾਨੂੰ ਕਹਤਾ ਤੁਸੀਂ ਚੜ ਚਾਓ ਤੁਹਾਡੀ ਮਰਜ਼ੀ ਆਜੋ ਨਹੀਂ ਮਰਜ਼ੀ ਨਾ ਆਓ ਕਿਸੇ ਨੂੰ ਜ਼ਬਰਦਸਤੀ ਚਾੱਕ ਕੇ ਲਿਓਂਦੇ ਹੁਣ ਮੈਂ ਤੁਹਾਨੂੰ ਚਰਚ ਦਾ ਕਾਰਡ ਦੇ ਦੇਣਾ ਕਿ ਤੁਸੀਂ ਵਜੀਦਪੁਰ ਚਰਚ ਆਜੋ ਤੁਸੀਂ ਇਹ ਤੁਹਾਡੀ ਅਛਾ ਉਹ ਸੁਨਿਆਹ ਦੇਣ ਜਾਂਦੇ ਨਾ ਕਿ ਜ਼ਬਰਦਸਤੀ ਕਰਨ ਜਾਂਦੇ ਉਹਨੂੰ ਪੜੋ ਚੰਗਾ ਲੱਗਦਾ ਜਾਓ ਨਹੀਂ ਚੰਗਾ ਲੱਗਦਾ ਨਾ ਜਾਓ ਤੁਸੀਂ ਮੈਨੂੰ ਕਹਿ ਦਿਓ ਇੱਥੇ ਸਾਡਾ ਪ੍ਰੋਗਰਾਮ ਹੈ ਮੈਨੂੰ ਚੰਗਾ ਲੱਗੇਗਾ ਮੈਂ ਜਾਵਾਂਗਾ ਨਹੀਂ ਚੰਗਾ ਲੱਗੇਗਾ ਮੈਂ ਨਹੀਂ ਜਾਵਾਂਗਾ ਉਹਨਾਂ ਦਾ ਇੱਕ ਹੋਰ ਸਵਾਲ ਸੀ ਕਹਿੰਦੇ ਵੀ ਤੁਸੀਂ ਲੋਕਾਂ ਨੂੰ ਲਾਲਚ ਦੇ ਕੇ ਧਰਮ ਪਰਵਰਤਨ ਕਰਾਉਂਦੇ ਵੈਰੀ ਗੁੱਡ ਹੁਣ ਤੁਸੀਂ ਦੱਸੋ ਕੋਈ ਐਹੋ ਜਿਹਾ ਬੰਦਾ ਮੈਨੂੰ ਦੱਸੋ ਜਿਹੜਾ ਪੂਰੀ ਤਰ੍ਹਾਂ ਪ੍ਰਭੂ ਦੇ ਵਿੱਚ ਹੋਵੇ ਇਹ ਨਹੀਂ ਵਿਚਾਰ ਉੱਥੋਂ ਫੜੇ ਚਾਰ ਉੱਥੋਂ ਫੜੇ ਹਾਂਜੀ ਉਹਨਾਂ ਨੂੰ ਜੈਮਸੀ ਦੀ ਨਹੀਂ ਬੋਲਣੀ ਆ ਰਹੀ ਤੇ ਉਹ ਅੱਗੋਂ ਆ ਕੇ ਕੈਮਰੇ ਦੇ ਅੱਗੇ ਖੜ ਜਾਂਦੇ ਜੀ ਜਿਸਾਨੂੰ ਲਾਲਚ ਦਿੱਤਾ ਗਿਆ ਜੀ ਸਾਨੂੰ ਇਸਾਈ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹਾਂਜੀ ਉਹ ਜਿੰਨੇ ਬੰਦੇ ਹੁਣ ਤੱਕ ਕਹਿੰਦੇ ਵੀ ਚਰਚ ਚੋਂ ਬਾਹਰ ਕਢਾ ਕੇ ਲਿਆਂਦੇ ਉਹ ਬੰਦਿਆਂ ਨੂੰ ਮੇਰੇ ਕੋਲ ਬਿਠਾਓ ਮੈਂ ਚਾਰ ਪੰਜ ਗੱਲਾਂ ਪੁੱਛਦਾ ਵਾਂ ਠੀਕ ਹੈ ਜੀ ਤੇ ਜਿਹੜੇ ਕਹਿਣਗੇ ਵੀ ਇਹਨਾਂ ਨੇ ਲਾਲਚ ਦਿੱਤਾ ਉਹ ਪਾਸਟਰ ਨੂੰ ਮੇਰੇ ਮੈਨੂੰ ਲੈ ਚੱਲੇ ਆ ਜੀ ਤੁਸੀਂ ਕੁਝ ਨਾ ਕਰਾ ਜੀ ਮੈਨੂੰ ਲੈ ਚੱਲੇ ਆ ਜੀ ਦੁਬਾਰਾ ਪ੍ਰਚਾਰ ਕਰਕੇ ਵਿਖਾ ਦੇਵੇ ਜੀ ਅੱਛਾ ਦਰਬਾਰ ਸਾਹਿਬ ਦੀ ਦੂਜੀ ਗੱਲ ਇਹ ਸ ਹੁਣ ਇੱਕ ਬੰਦਾ ਜੇ ਤੁਸੀਂ ਇਹ ਝੁੰਡ ਨੂੰ ਫੜਨਾ ਚਾਹੁੰਦੇ ਜੇ ਠੀਕ ਹੈ ਨਾ ਜੀ ਪੈਸੇ ਦਿੰਦਾ ਕੌਣ ਮੈਂ ਤੁਹਾਨੂੰ YouTube ਤੇ ਇੱਕ ਵੀਡੀਓ ਵਿਖਾਨਾ ਤੁਹਾਡੇ ਹੀ ਸਿੱਖ ਭਾਈਚਾਰੇ ਦੀ ਉਹ ਕਹਿੰਦਾ ਮੈਨੂੰ ਦੋ ਆਫਰ ਮਿਲਿਆ ਹੈ ਗੱਡੀਆਂ ਦੇਣ ਦਾ ਮੈਨੂੰ ਆਫਰ ਮਿਲਿਆ ਹੈ ਘਰ ਦੇਣ ਦਾ ਮੈਨੂੰ ਆਫਰ ਦਿੱਤਾ ਹੈ ਪੈਸਿਆਂ ਦਾ ਹਾਂਜੀ ਉਹਨੂੰ ਪੁੱਛੋ ਕੌਣ ਦਿੰਦਾ ਪਿਆ ਗੱਡੀਆਂ ਸਾਨੂੰ ਤਾਂ ਗੱਡੀ ਨਹੀਂ ਮਿਲੀ ਕਦੀ ਹਾਂਜੀ ਅਈ ਪ੍ਰਭੂ ਚਾਹਿਆ ਸਾਨੂੰ ਤੇ ਮੈਂ ਚਾਹਾਂਗਾ ਹਾਂਜੀ ਮੈਂ ਤੁਹਾਨੂੰ YouTube ਤੇ ਕੱਢ ਕੇ ਦੇਣਾ ਵੀਡੀਓ ਸੇਵ ਕਰਕੇ ਦੇਣਾ ਨਹੀਂ ਉਹਨੂੰ ਪੁੱਛੋ ਵੀ ਕੌਣ ਦਿੰਦਾ ਤੇ ਬੰਦਾ ਫੜਿਆ ਜਾਣਾ ਠੀਕ ਹੈ ਠੀਕ ਹੈ ਅੱਛਾ ਇੱਕ ਸਵਾਲ ਹੋ ਰਿਹਾ ਜਿਵੇਂ ਪਿਛਲੇ ਦਿਨੀ ਦਰਬਾਰ ਸਾਹਿਬ ਦੇ ਗਿਆਨੀ ਹਰਪ੍ਰੀਤ ਜੀ ਜਿਹੜੇ ਸਾਡੇ ਜਥੇਦਾਰ ਸਾਹਿਬ ਨੇ ਉਹਨਾਂ ਦੇ ਨਾਲ ਤੁਹਾਡੇ ਵੱਡੇ ਪਾਸਟਰਾਂ ਦੀ ਇੱਕ ਮੀਟਿੰਗ ਹੁੰਦੀ ਹੈ ਹਾਂਜੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਮੰਨੀ ਕਿ ਚਮਤਕਾਰ ਕੁਛ ਨਹੀਂ ਹੁੰਦਾ ਇਸਾਈਤ ਨੂੰ ਉਹਨਾਂ ਲੋਕਾਂ ਨੇ ਸਮਝਿਆ ਹੀ ਨਹੀਂ ਜਿਹੜੇ ਲੋਕ ਇਸ ਮੈਂ ਸ਼ਬਦ ਵਰਤਣਾ ਨਹੀਂ ਚਾਹੁੰਦਾ ਪਰ ਜਿਹੜਾ ਉਹਨਾਂ ਵਰਤਿਆ ਉਹ ਕਹਿੰਦੇ ਜਿਹੜੇ ਇਸ ਪਖੰਡਵਾਦ ਨੂੰ ਵਧਾਉਂਦੇ ਨੇ ਮੈਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਪਾਸਟਰ ਸਮਝਦੇ ਹੀ ਨਹੀਂ ਤੇ ਉਹ ਲੋਕ ਅਖੌਤੀ ਪਾਸਟਰ ਨੇ ਤੁਹਾਡੇ ਪਾਸਟਰਾਂ ਦੇ ਆਪਣੇ ਬੋਲ ਸੀਗੇ ਠੀਕ ਹੈ ਓਕੇ ਵੈਰੀ ਗੁੱਡ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਪਾਸੇ ਬਾਣੀ ਆ ਜੀ ਇੱਕ ਪਾਸੇ ਬੰਦਾ ਜੀ ਉਹ ਬਾਣੀ ਦੇ ਉਲਟ ਚੱਲ ਪਿਆ ਠੀਕ ਹੈ ਜੀ ਤੁਸੀਂ ਬੰਦੇ ਨੂੰ ਮੰਨੋਗੇ ਕਿ ਬਾਣੀ ਨੂੰ ਮੰਨੋਗੇ ਬਿਲਕੁਲ ਗੁਰਬਾਣੀ ਨੂੰ ਮੰਨਣਾ ਗੁਰਬਾਣੀ ਨੂੰ ਮੰਨੋਗੇ ਨਾ ਜੀ ਹੁਣ ਉਹ ਕਹਿੰਦੇ ਚਮਤਕਾਰ ਨਹੀਂ ਹੈ ਤੇ ਮੈਂ ਬਾਈਬਲ ਤੋਂ ਸਾਬਤ ਕਰਕੇ ਵਿਖਾ ਦੇਣਾ ਉਹਨਾਂ ਦੇ ਨਾਲ ਮੈਨੂੰ ਬਿਠਾ ਦਿਓ ਤੁਹਾਡੇ ਆਪਣੇ ਬੰਦੇ ਕਹਿ ਰਹੇ ਨਹੀਂ ਨਹੀਂ ਉਹ ਹੀ ਬੰਦੇ ਨਾ ਉਹ ਆਪਣੇ ਬੰਦੇ ਕਿੱਥੋਂ ਆਏ ਕਿੰਨਾ ਦੀ ਅਨੁਮਤੀ ਲੈ ਕੇ ਆਏ ਕੌਣ ਨੇ ਕਿਸ ਨੇ ਚੱਕ ਕੇ ਕੀਤਾ ਜਦੋਂ ਇਹ ਪਹਿਲੀ ਵਾਰ ਵੀਡੀਓ ਹੀ ਸੀ ਮੈਂ ਹੀ ਪੋਸਟਰ ਸਾੜਿਆ ਸੀ ਉਹਨਾਂ ਦਾ ਤੁਸੀਂ ਵੇਖਿਆ ਮੈਂ ਹੀ ਸਭ ਤੋਂ ਪਹਿਲਾਂ ਪੰਜਾਬ 'ਚ ਬੋਲਿਆ ਸੀਗਾ ਠੀਕ ਹੈ ਜੀ ਹੁਣ ਤੁਸੀਂ ਮੈਨੂੰ ਦੱਸੋ ਬੰਦੇ ਕੌਣ ਨੇ ਕਿੱਥੇ ਚਰਚ ਚਲਾਉਂਦੇ ਕਿੱਥੇ ਵੇਖਿਆ ਉਹ ਬੰਦੇ ਪਤਾ ਨਹੀਂ ਕਿੱਥੋਂ ਚੱਕ ਕੇ ਕਾਂਟੂਨ ਜੇ ਲਿਆ ਕੇ ਤੇ ਖੜੇ ਕਰਤੇ ਹਾਂਜੀ ਉਹ ਸਾਰੀ ਬਾਈਬਲ ਨੂੰ ਰਾਤੇ ਕਰਕੇ ਤੋਂ ਚਲੇਗਾ ਜੇਕਰ ਤੁਹਾਡੀ ਵੀਡੀਓ ਕਾਨਫਰੰਸ ਤੇ ਉਹਨਾਂ ਬੰਦਿਆਂ ਨਾਲ ਗੱਲ ਕਰਵਾਈ ਜਾਵੇ ਤੁਸੀਂ ਕਰ ਲੋ ਵੀਡੀਓ ਨਹੀਂ ਸਾਹਮਣੇ ਪਾਓ ਮੈਂ ਬਾਈਬਲ ਵਿਖਾਨਾ ਬੁਲਾਓ ਉੱਥੇ ਸਾਰੇ ਸਿੱਖ ਭਾਈਚਾਰੇ ਨੂੰ ਉਹਨਾਂ ਨੂੰ ਬੁਲਾਓ ਜਿਹੜਾ ਗਲਤ ਹੋਇਆ ਜੋ ਮਰਜ਼ੀ ਸਜ਼ਾ ਦੇ ਦੇ ਅੱਜ ਅੱਛਾ ਇੱਕ ਸਵਾਲ ਮੈਂ ਹੋਰ ਜਾਣਨਾ ਚਾਹਾਂਗਾ ਮੇਰੇ ਮਨ ਚ ਆ ਰਿਹਾ ਹੁਣੇ ਹੁਣੇ ਮੈਨੂੰ ਯਾਦ ਆਇਆ ਵੀ ਤੁਸੀਂ ਬੋਲਦੇ ਬੜਾ ਗੱਜ ਕੇ ਹੋ ਓਕੇ ਪਰ ਇੱਕ ਵੀਡੀਓ ਮੈਂ ਤੁਹਾਡੀ ਵੇਖੀ ਜਿਹਦੇ ਵਿੱਚ ਤੁਸੀਂ ਰੋਣ ਲੱਗ ਪਏ ਤੇ ਮਾਫੀ ਵੀ ਮੰਗੀ ਤੇ ਇੱਕ ਬੰਦਾ ਜਿਹੜਾ ਸ਼ੇਰ ਅੜ ਕੀ ਦਹਾੜ ਵਾਲਾ ਉਹ ਰੋਣ ਲੱਗ ਪਵੇ ਕੈਮਰੇ ਸਾਹਮ ਗੱਲ ਸ਼ੋਭਾ ਜੀ ਨਹੀਂ ਦਿੰਦੀ ਉਹ ਉਹ ਕੀ ਮਸਲਾ ਸੀ ਆ ਦੇਖੋ ਜੀ ਤੁਸੀਂ ਬੜੀ ਸ਼ਰਦਾ ਦੇ ਨਾਲ ਮੇਰੇ ਕੋਲ ਆਏ ਜੀ ਠੀਕ ਹੈ ਜੀ ਜੀ ਤੇ ਮੈਂ ਤੁਹਾਡਾ ਅਪਮਾਨ ਕਰ ਦਵਾਂ ਤੇ ਮੈਨੂੰ ਨਹੀਂ ਲੱਗਦਾ ਘਰ ਤੱਕ ਤੁਸੀਂ ਬੋਲੋਗੇ ਹਾਂਜੀ ਤੁਸੀਂ 24 ਘੰਟੇ ਸੋਚਦੇ ਰਹੋਗੇ ਯਾਰ ਮੈਂ ਬੰਦੇ ਨਾਲ ਕਿੱਡੇ ਪਿਆਰ ਦੇ ਨਾਲ ਗਿਆ ਕਿੱਡੇ ਪਿਆਰ ਸੀਗਾ ਉਹਦੇ ਅੰਦਰ ਮੈਂ ਬੜੀ ਕਦਰ ਨਾਲ ਗਿਆ ਤੁਸੀਂ ਕਿਤੇ ਨਾ ਕਿਤੇ ਰੋਵੋਗੇ ਜੀ ਅੱਜ ਕੋਈ ਬੰਦਾ ਬਾਥਰੂਮ ਚ ਰੋਂਦਾ ਪਿਆ ਕੋਈ ਰਜਾਈ ਚ ਰੋਂਦਾ ਪਿਆ ਕੋਈ ਫੋਨ ਤੇ ਰੋਂਦਾ ਪਿਆ ਕੋਈ ਕਮਰੇ ਚ ਰੋਂਦਾ ਪਿਆ ਠੀਕ ਹੈ ਜੀ ਮੇਰੇ ਮੂੰਹ ਤੇ ਮਖੋਟਾ ਨਹੀਂ ਚੜਾਇਆ ਤੇ ਨਾ ਮੇਰੀ ਜ਼ੁਬਾਨ ਚ ਵਾਹਲੇ ਮੈਂ ਜੋ ਬੋਲਿਆ ਸੱਚ ਬੋਲਿਆ ਮੇਰਾ ਦੁਖੀ ਜਿਹੜੇ ਲੋਕਾਂ ਨੂੰ ਮੈਂ ਸਲੂਟ ਕਰਦਾ ਸੀ ਕਿ ਕੌਮ ਦੇ ਹੀਰੇ ਨੇ ਜਿਹੜੇ ਲੋਕਾਂ ਨੇ ਮੈਂ ਗੋਡੀ ਹੱਥ ਲਾਂਦਾ ਰਿਆ ਵੀ ਇਹ ਪਾਸਟਰ ਨੇ ਹਾਂਜੀ ਇੱਕ ਧਰਨੇ ਦੀ ਗੱਲ ਹੋਈ ਸੀ ਹੋਰ ਤਾਂ ਕੋਈ ਗੱਲ ਨਹੀਂ ਹੋਈ ਧਰਨੇ ਤੇ ਪਹਿਲਾਂ ਮੈਂ ਧਰਨੇ ਤੇ ਗਿਆ ਨਹੀਂ ਕਦੀ ਮੈਂ ਜ਼ਿੰਦਗੀ ਚ ਕੋਈ ਧਰਨਾ ਹੀ ਨਹੀਂ ਲਾਇਆ ਤੇ ਨਾ ਮੈਨੂੰ ਪਤਾ ਧਰਨਾ ਲਾਇਆ ਮੈਂ ਆਪਦਾ ਐਕਸਪੀਰੀਅੰਸ ਵੀ ਦੱਸਦਾ ਮੈਨੂੰ 7-8 ਸਾਲ ਹੋਏ ਪ੍ਰਭੂ ਚੋਂਦਿਆਂ ਮੈਨੂੰ ਕੋਈ ਨਹੀਂ ਪਹਿਲਾਂ ਜਾਣਦਾ ਠੀਕ ਹੈ ਜੀ ਥੋੜੇ ਘਣੇ ਬੰਦੇ ਜਾਣਦੇ ਸੀਗੇ ਮੈਂ ਕੋਈ ਐਡਾ ਵੱਡਾ ਪਾਸਟਰ ਨਹੀਂ ਆ ਪਰ ਮੈਂ ਬਾਈਬਲ ਚੋਂ ਹੀ ਬੋਲਿਆ ਕਿਸੇ ਦੀ ਬਾਣੀ ਦੇ ਖਿਲਾਫ ਨਹੀਂ ਮੈਂ ਬੋਲਿਆ ਮੈਂ ਬਾਈਬਲ ਚੋਂ ਬੋਲਿਆ ਮੈਂ ਧਰਨੇ ਦੀ ਗੱਲ ਕੀਤੀ ਕਿਉਂ ਕੀਤੀ ਉਹ ਕਹਿੰਦਾ ਵੀ ਖੁਸਰਿਆਂ ਦੀਆਂ ਤਖਤੀਆਂ ਲੱਗੀਆਂ ਇਹਨਾਂ ਦੀਆਂ ਵੀ ਲਾ ਦੋ ਵੀ ਇੱਕ ਰੱਬ ਦੇ ਦਾਸਾਂ ਨੂੰ ਖੁਸਰਿਆਂ ਦੇ ਨਾਲ ਮਿਲਾਤਾ ਪੰਜਾਬ 'ਚ ਕੋਈ ਬੋਲਿਆ ਨਹੀਂ ਤੇ ਮੈਂ ਸੋਚਿਆ ਵੀ ਇਹੋ ਜੀ ਜ਼ਿੰਦਗੀ ਨੂੰ ਮੈਂ ਜਿਉਂ ਕੇ ਕੀ ਕਰਨਾ ਅਮਰਤਪਾਲ ਰੱਬ ਥੋੜੀ ਲੱਗ ਗਿਆ ਜੀ ਜੀ ਅਮਰਤਪਾਲ ਬੰਦਾ ਹੀ ਆ ਠੀਕ ਹੈ ਜੀ ਹੋਂ ਦੇ ਨਾਲ ਗੱਲ ਕਰਨਾ ਤਾਂ ਸਾਡਾ ਫਰਜ਼ ਉਨੂੰ ਜਵਾਬ ਦੇਣ ਦਾ ਤਾਂ ਫਰਜ਼ ਏ ਜੇ ਦੂਜਿਆਂ ਦੇ ਮੂੰਹ 'ਚ ਰੂਪ ਪਾਈ ਤਾਂ ਮੇਰੇ ਨਹੀਂ ਪਾਈ ਮੈਂ ਸਭ ਤੋਂ ਪਹਿਲਾਂ ਵੀਡੀਓ ਪਾਈ ਮੈਂ ਬੋਲਿਆ ਤੇ ਮੈਨੂੰ ਇਹ ਸੀਗਾ ਵੀ ਸਿੱਖ ਭਾਈਚਾਰਾ ਇਹਦਾ ਵਿਰੋਧ ਕਰੇਗਾ ਸਿੱਖ ਭਾਈਚਾਰਾ ਆ ਰਾਤ ਨੂੰ ਅਟੈਕ ਨਾ ਕਰ ਦਵੇ ਸਿੱਖ ਭਾਈਚਾਰਾ ਜਿਹੜਾ ਉਹ ਮੈਨੂੰ ਫੜਾਣਾ ਦਵੇ ਪਰ ਹੋਇਆ ਉਲਟ ਸਿੱਖ ਭਾਈਚਾਰੇ ਨੇ ਮੈਨੂੰ ਕੁਝ ਨਹੀਂ ਕਿਹਾ 27 ਵਾਲੇ ਦਿਨ 26 ਵਾਲੇ ਦਿਨ ਸਿੱਖ ਭਾਈਚਾਰੇ ਨੇ ਮੈਨੂੰ ਕੋਈ ਧਮਕੀ ਨਹੀਂ ਦਿੱਤੀ 26 ਵਾਲੇ ਦਿਨ 27 ਵਾਲੇ ਦਿਨ ਸਿੱਖ ਭਾਈਚਾਰੇ ਨੇ ਮੇਰੇ ਕੋਈ ਘਰ ਦੇ ਵਿੱਚ ਆ ਕੇ ਕੋਈ ਹਲੜਬਾਜੀ ਨਹੀਂ ਕੀਤੀ ਕੁਝ ਨਹੀਂ ਕੀਤਾ ਇਹ ਜਿੰਨਾ ਕੀਤਾ ਸਾਡੇ ਹੀ ਬੰਦਿਆ ਨੇ ਪਾਸਟਰਾਂ ਨੇ ਕੀਤਾ ਹਾਂਜੀ ਮਮਦੋਟ ਦਾ ਇੱਕ ਲੀਡਰ ਨਵਾਂ ਨਵਾਂ ਉੱਠਿਆ ਉਹਨੇ ਤੇ ਸਾਡੇ ਜਿਹੜੇ ਸਾਡਾ ਇਥੇ ਯੂਥ ਏ ਜਿਹੜਾ ਆਪਦੇ ਆਪ ਨੂੰ ਛੇਰ ਸਮਝਦੇ ਨੇ ਉਹਨਾਂ ਨੇ ਤੇ ਜਿਹੜਾ ਪ੍ਰਧਾਨ ਏ ਉਹਨਾਂ ਨੇ ਮੇਰੇ ਕੋਲ ਸਬੂਤ ਪ੍ਰੂਫ ਸਾਰੇ ਆਗੇ ਨੇ ਉਹਨਾਂ ਨੇ ਮੈਨੂੰ ਫੜਵਾਤਾ ਤੇ ਮੇਰਾ ਰੋਹਣ ਇਸ ਲਈ ਨਿਕਲ ਗਿਆ ਕਿ ਇਹ ਕੀ ਏ ਯਾਰ ਇਹ ਕੌਮ ਦੇ ਇੱਕ ਪਾਸੇ ਯੁੱਧ ਲੱਗਾ ਇੱਕ ਪਾਸੇ ਕੌਮ ਦੀ ਢਾ ਲੱਗਣ ਵਾਲੀ ਏ ਤੇ ਇਹ ਬੰਦੇ ਉਲਟਾ ਮੇਰੇ ਵਿਰੋਧ ਹੋ ਗਏ ਇਹਨਾਂ ਨੂੰ ਕਾਹਦਾ ਡਾਰੇ ਜੇ ਉਹਨਾਂ ਨੂੰ ਇਹ ਧਰਨਾ ਪਸੰਦ ਨਹੀਂ ਸੀ ਉਹ ਕਰੇ ਬੈਹ ਜਾਂਦੇ ਜੇ ਉਹਨਾਂ ਨੂੰ ਇਹ ਨਹੀਂ ਸੀ ਪਸੰਦ ਕਿ ਮੈਂ ਅੱਗੇ ਆਂਦਾ ਔਰ ਨਾ ਸਾਥ ਦਿੰਦੇ ਮੈਂ ਕੱਲਾ ਉੱਥੇ ਖੱਪ ਕੇ ਆ ਜਾਂਦਾ ਠੀਕ ਹੈ ਜੀ ਮੇਰੀ ਨਜ਼ਰ ਚ ਤਾਂ ਉਹਨਾਂ ਦੀ ਕਦਰ ਬਣੀ ਰਹਿੰਦੀ ਪਰ ਮੈਂ ਰੋਇਆ ਇਸ ਲਈ ਮਾਫੀ ਮੰਗੀ ਮੈਂ ਕਿਹਾ ਜਿਹੜੇ ਸ਼ਬਦ ਬੋਲੇ ਨੇ ਉਹਦੇ ਵਿੱਚ ਦੱਸੋ ਮੈਨੂੰ ਕਿਸ ਨੇ ਦਬਾਇਆ ਦਬਾਇਆ ਮੈਨੂੰ ਨਹੀਂ ਕਿਸੇ ਨੇ ਮੈਨੂੰ ਡਰਾਇਆ ਇਹ ਤੁਹਾਨੂੰ ਪਤਾ ਨਹੀਂ ਕਿਸੇ ਨੇ ਡਰਾਇਆ ਨਹੀਂ ਕੋਈ ਮੇਰੇ ਕੋਲ ਖੜਾ ਨਹੀਂ ਖੜਾ ਇੱਕ ਵੀ ਬੰਦਾ ਫੇਰ ਵੀ ਜੇ ਬਿਨਾਂ ਗਲਤੀ ਦੇ ਮੈਂ ਤੁਹਾਡੇ ਤੋਂ ਮਾਫੀ ਮੰਗਾਗਾ ਤੁਸੀਂ ਮੇਰੇ ਤੇ ਥੂ ਥੂ ਕਰੋਗੇ ਕਿ ਕਦਰ ਕਰੋਗੇ ਬਿਲਕੁਲ ਕੀ ਕਰੋਗੇ ਫਿਰ ਤਾਂ ਸਾਰਾ ਥੋੜੀ ਕਰਨੀ ਹੈ ਨਹੀਂ ਨਹੀਂ ਬਿਨਾ ਗਲਤੀ ਤੋਂ ਮੰਨੂ ਦੇ ਨਹੀਂ ਨਹੀਂ ਬਿਨਾ ਗਲਤੀ ਤੋਂ ਅਗਰ ਮੈਂ ਤੁਹਾਨੂੰ ਕਹਾ ਠੀਕ ਹੈ ਜੀ ਸੌਰੀ ਫੀਲ ਕਰ ਲਵਾਂ ਮੈਂ ਤੁਹਾਡੇ ਤੋਂ ਹਾਂ ਹਾਂ ਤੇ ਤੁਸੀਂ ਮੇਰੀ ਕਦਰ ਕਰੋਗੇ ਬੰਦੇ ਨੇ ਗੁਨਾਹ ਵੀ ਨਹੀਂ ਕੀਤਾ ਕਦਰ ਕਰੋਗੇ ਕਿ ਤੂੰ ਤੂੰ ਕਰੋਗੇ ਸਹੀ ਹੈ ਠੀਕ ਕੀ ਕਰੋਗੇ ਜੀ ਫਿਰ ਤਾਂ ਕਦਰ ਹੋਏਗੀ ਕਦਰ ਹੋਏਗੀ ਨਾ ਹਾਂਜੀ ਗਲਤੀ ਵੀ ਮੇਰੀ ਕੋਈ ਨਹੀਂ ਤੇ ਮੈਂ ਗਲਤੀ ਵੀ ਕੋਈ ਨਹੀਂ ਸੌਰੀ ਵੀ ਫੀਲ ਕੀਤੀ ਤੇ ਸਿੱਖ ਭਾਈਚਾਰੇ ਨੂੰ ਸਲੂਟ ਵੀ ਕੀਤਾ ਤੇ ਨਾਲ ਮੈਂ ਇਹ ਵੀ ਕਿਹਾ ਕਿ ਜਿਹੜੇ 2-4 ਗਲਤ ਬੰਦੇ ਨੇ ਸਿੱਖ ਭਾਈਚਾਰੇ ਚ ਉਹਦੇ ਚ ਪੂਰੀ ਕਮਿਊਨਿਟੀ ਗਲਤ ਨਹੀਂ ਤੇ ਅੱਜ ਮੈਨੂੰ ਸਿੱਖ ਭਾਈਚਾਰੇ ਦੇ بڑے ਬੰਦਿਆਂ ਦੇ ਫੋਨ ਆਉਂਦੇ ਨੇ ਤੇ بڑے ਬੰਦੇ ਵਧੀਆ ਵੀ ਬੰਦੇ ਨੇ ਜਿਹੜੇ ਬੰਦਿਆਂ ਨੇ ਮੈਨੂੰ ਕਿਹਾ ਵਾ ਵੀ ਟੈਨਸ਼ਨ ਨਾਲ ਜੇ ਤੂੰ ਬੋਲਣਾ ਚਾਹਣਾ ਉਹਦੇ ਧਰਮ ਦੇ ਲਈ ਤੇ ਬੋਲੋ ਨਹੀਂ ਘੜ ਜਾਣੇ ਤੇਰੇ ਪਾਸਟਰ ਨਹੀਂ ਘੜਦੇ ਤਾਂਹੀਂ ਘੜ ਜਾਣੇ ਇੱਕ ਨਾ ਬੜੀ ਸੋਹਣੀ ਗੱਲ ਚੱਲਦੀ ਸੀ ਕਹਿੰਦਾ ਵੀ ਲੋਹੇ ਦੀ ਕੁਹਾੜੀ ਬਣੀ ਤੇ ਉਹਨੂੰ ਉਹਨੇ ਪਰਮੇਸ਼ਰ ਨੂੰ ਆਖਿਆ ਰੁੱਖਾਂ ਨਹੀਂ ਜਾ ਕੇ ਵੀ ਕੁਹਾੜੀ ਬਣ ਗਈ ਹੈ ਤੇ ਇਹ ਸਾਨੂੰ ਮਾਰੂਗੀ ਤੋ ਕਹਿੰਦਾ ਇਹ ਕੁਹਾੜੀ ਤੁਹਾਡਾ ਕੱਖ ਨਹੀਂ ਵਿਗਾੜ ਸਕਦੀ ਜਦੋਂ ਕੁਹਾੜੀ 'ਚ ਲੱਕੜੀ ਦਾ ਦਸਤਾ ਪੈ ਗਿਆ ਤੇ ਰੱਬ ਕਹਿੰਦਾ ਹੁਣ ਨਹੀਂ ਤੁਹਾਨੂੰ ਕੋਈ ਬਚਾ ਸਕਦਾ ਹੁਣ ਤੁਹਾਡੇ ਆਪਣੇ ਰਲਗੇ ਵਿੱਚ ਤੇ ਜਦੋਂ ਕਹਿੰਦਾ ਮਤਲਬ ਇਹ ਵੀ ਆਪਣੇ ਤੋਂ ਖਤਰਾ ਜ਼ਿਆਦਾ ਹੁੰਦਾ ਹੈ ਤੁਸੀਂ ਕਹਿ ਰਹੇ ਮੇਰੇ ਆਪਣੇ ਵਿਰੋਧ ਕਰ ਰਹੇ ਤੇ ਖਤਰਾ ਫਿਰ ਤੁਹਾਨੂੰ ਉਹਨਾਂ ਤੋਂ ਜ਼ਿਆਦਾ ਕਿ ਸਿੱਖ ਭਾਈਚਾਰੇ ਤੋਂ ਨਾਲ ਦੇਖੋ ਇਹ ਗੱਲ ਮੈਂ ਪਹਿਲਾਂ ਕਹਿ ਚੁੱਕਾ ਵੀ ਸਿੱਖ ਭਾਈਚਾਰੇ ਤੋਂ ਜੇ ਮੈਨੂੰ ਇਹਨਾਂ ਖਤਰਾ ਹੁੰਦਾ ਮੈਂ ਉਹਨਾਂ ਦੇ ਵਿਰੋਧ ਵਿੱਚ ਖੜਦਾ ਪਰ ਸਿੱਖ ਭਾਈਚਾਰੇ ਨੇ ਤਾਂ ਮੈਨੂੰ ਕੁਝ ਕਿਹਾ ਹੀ ਨਹੀਂ ਤੁਹਾਡੇ ਆਪਣੇ ਤੇ ਮੇਰਾ ਦਿਲ ਟੁੱਟ ਗਿਆ ਅੰਦਰੋਂ ਵੀ ਜਿਨ੍ਹਾਂ ਨੂੰ ਮੈਂ ਰੱਬ ਦਾ ਜਿਨ੍ਹਾਂ ਦੇ ਗੋਢੀ ਹੱਥ ਲਾਏ ਆਪਣੇ ਤੋਂ ਖਦੇਗੇ ਹਾਂਜੀ ਤੇ ਜਿਨ੍ਹਾਂ ਨੂੰ ਸਲੂਟ ਕੀਤਾ ਜਿਨ੍ਹਾਂ ਦੀ ਕਦਰ ਕੀਤੀ ਤੇ ਅੱਜ ਉਹਨਾਂ ਨੇ ਮੂੰਹ ਬੰਦ ਕਰਦਾ ਗੁਰੂ ਹਰ ਸਾਹਿਬ ਚ ਦਰਨਾ ਲੱਗਾ ਅੰਮ੍ਰਿਤਸਰ ਮੇਨ ਮੇਨ ਅੰਮ੍ਰਿਤਸਰ ਜਾਮ ਹੋਇਆ ਉਦੋਂ ਦੇਖੋ ਮੇਨ ਅੰਮ੍ਰਿਤਸਰ ਜਾਮ ਹੋਇਆ ਪਾਸੇ ਦੇ ਬੰਦਿਆ ਨੇ ਆਵਾਜ਼ ਸੁਣ ਲਈ ਪਾਸੇ ਦੇ ਬੰਦੇ ਸਟੈਂਡ ਲੈ ਗਿਆ ਤੇ ਫਿਰੋਜ਼ਪੁਰ ਦੇ ਵਿੱਚ ਇੱਥੇ ਗੋਲੀ ਚੱਲਦੀ ਪਈ ਸੀ ਜੇ ਤੁਹਾਡਾ ਨਹੀਂ ਦਿਲ ਕਰਦਾ ਨਾ ਆਓ ਤੇ ਮੈਨੂੰ ਅੰਦਰ ਕਰਾਉਣ ਦੀ ਕੀ ਲੋੜ ਹਾਂਜੀ ਜੇ ਮੰਨ ਲਓ ਇੱਕ ਬੰਦਿਆਂ ਨੇ ਅੰਦਰ ਸੀਗੇ ਹੁਣ ਕੋਈ ਵੀ ਬੰਦਾ ਮੇਰੇ ਤੋਂ ਮੁਕਰੇ ਜੇ ਦੁਨੀਆ ਨੇ ਬੜੀਆਂ ਨੇ ਇਹ ਗੱਲ ਸੁਣੀ ਮੇਰੇ ਕੋਲ ਸਬੂਤ ਆਡੀਓ ਛੋਟਵਾ ਜਿਹੜੇ ਜਿਹੜੇ ਬੰਦੇ ਕਹਿੰਦੇ ਅਸੀਂ ਨਹੀਂ ਉਹਨਾਂ ਨੇ ਕਿਉਂ ਚੱਕਵਾਇਆ ਸਵਾਲ ਤੁਹਾਨੂੰ ਅੰਦਰ ਦੇ ਦਿੱਤਾ ਗਿਆ ਹਾਂਜੀ ਪੁਲਿਸ ਵੱਲੋਂ ਹਾਂਜੀ ਅੱਛਾ ਅੱਛਾ 8 ਘੰਟੇ ਮੈਂ ਬੈਠਾ ਰਿਆ ਤੇ ਜਿਹੜੀ ਮੈਂ ਰੋ ਕੇ ਵੀਡੀਓ ਪਾਈ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਟਿਕਟੋਕ ਤੇ ਹਾਂਜੀ ਜਿਨ੍ਹਾਂ ਨੇ ਇੰਸਟਾਗ੍ਰam ਤੇ ਕੱਟ ਵੱਢ ਕੇ ਤੇ ਉਹ ਪਾਈਆਂ ਉਹ ਵੀਡੀਓ ਜਦੋਂ ਮੈਂ ਸਾਰੀਆਂ ਵੇਖੀਆਂ ਉਸ ਤੋਂ ਬਾਅਦ ਦੁਜੇ ਦੇਣੀ ਫੇਰ ਜਾ ਕੇ ਚੌਂਕ ਦੇ ਉੱਤੇ ਖੜ ਕੇ ਪਰ ਉਹ ਜੇ ਸ਼ਮਤਿ ਲਿਓ ਕਦਿਤਾ ਉਹ ਤੋਂ ਬਾਅਦ ਮੈਂ ਕਿੰਨੀਆਂ ਵੀਡੀਓ ਪਾਤੀਆਂ ਤੇ ਮੈਂ ਅੱਜ ਵੀ ਖੜਾ ਅੱਜ ਵੀ ਤੇ ਜੇ ਉਦੋਂ ਹੀ ਇਹ ਕੰਮ ਨਾ ਕਰਦੇ ਠੀਕ ਹੈ ਜੀ ਇਹਨਾਂ ਨੂੰ ਮੇਰੀ ਆਵਾਜ਼ ਬੰਦ ਹੋਈ ਹੁੰਦੀ ਪਰ ਪ੍ਰਭੂ ਦਾ ਧੰਨਵਾਦ ਹੈ ਪਰਮੇਸ਼ਰ ਨੇ ਮੈਨੂੰ ਬਲ ਦਿੱਤਾ ਕਈ ਸੇਵਕ ਮੇਰੇ ਘਰੇ ਆਏ ਉਹਨਾਂ ਨੇ ਦਵਾਵਾਂ ਕੀਤੀਆਂ ਪ੍ਰਭੂ ਨੇ ਮੈਨੂੰ ਬਰਕਤ ਦਿੱਤੀ ਤੇ ਉਹ ਟਿਕ ਟੋਕ ਵੀਡੀਓ ਵਾਲਿਆਂ ਦਾ ਜਿਹੜੇ ਕਹਿੰਦੇ ਮਾਫੀ ਮੈਂ ਕਿਹਾ ਮਾਫੀ ਦੀ ਗੱਲ ਹੀ ਨਾ ਹੁਣ ਰੁਕੇ ਸਾਰੇ ਕਹਿਣ ਰੋਪਿਆ ਰੋਪਿਆ ਤੇ ਜਿਵੇਂ ਜਿਵੇਂ ਮੈਨੂੰ ਕਹੀ ਜਾਣਗੇ ਅੱਗੇ ਤੇ ਮੈਂ ਚੜਿਆ ਸੀਗਾ ਪਹਿਲੀ ਛੱਤ ਤੇ ਫਿਰ ਦੂਜੀ ਛੱਤ ਤੇ ਉਹ ਹੋਣ ਵੇਖਿਆ ਜੇ ਮੈਂ ਜਿੱਦਣ ਚੜਿਆ ਤੇ ਟੈਂਕੀ ਤੇ ਟਾਵਰ ਤੇ ਜਾਤ ਚੜ ਕੇ ਮਰੋਲਾ ਪਾਉਂਦੇ ਰਹਿਣਾ ਕਿ ਯਸੂ ਹੈਗਾ ਯਸੂ ਹੈਗਾ ਤੇ ਯਸੂ ਹੀ ਪਰਮੇਸ਼ਵਰ ਹੈ ਇੱਕ ਲਾਸਟ ਮੈਸੇਜ ਹਾਂਜੀ ਲਾਸਟ ਮੈਸੇਜ ਇਹ ਆ ਜੀ ਅਮਰਿਤਪਾਲ ਸਾਡਾ ਛੋਟਾ ਵੀਰ ਹੈ ਜੀ ਯੰਗ ਮੈਨ ਹੈ ਜਵਾਨੀ ਦੇ ਦਿਨਾਂ ਚ ਉਹਨੇ ਰੱਬ ਦਾ ਰਾ ਇੱਕ ਮਿੰਟ ਇੱਕ ਮਿੰਟ ਮੈਸੇਜ ਤੋਂ ਪਹਿਲਾਂ ਜੇ ਤੁਹਾਡੀ ਤੇ ਅਮਰਿਤਪਾਲ ਜੀ ਇੱਕ ਮੀਟਿੰਗ ਕਰਾ ਕੇ ਟੇਬਲ ਟॉक ਕਰਾ ਦਿੱਤੀ ਜਾਵੇ ਕਿਵੇਂ ਰਹੂਗਾ ਉਹ ਭਾਜੀ ਮੈਂ ਤੇ ਉਦਾਂ ਨੇ ਕੇਕ ਕੱਟ ਦਵਾ ਅੱਛਾ ਉਦਾਂ ਨਹੀਂ ਲੱਡੂ ਵੰਡ ਦਵਾ ਸਾਰਾ ਝਾਂਜੜੀ ਖਤਮ ਹੋ ਜਾ ਮੈਂ ਤੇ ਹੱਥ ਜੋੜ ਕੇ ਬੇਨਤੀ ਕਰਦਾ ਪਿਆ ਉਹਦੇ ਮਸੀਹ ਭਾਈਚਾਰੇ ਤੋਂ ਮੈਸਜ ਪੂਰਾ ਕਰੋ ਹਾਂਜੀ ਵੀ ਮੈਨੂੰ ਉਹਦੇ ਕੋਲ ਬਿਠਾ ਦੇਵੋ ਜੇ ਮੈਂ ਉਹਦੇ ਸਵਾਲਾਂ ਦਾ ਜਵਾਬ ਨਾ ਦੇ ਪਾਇਆ ਮੇਰਾ ਪ੍ਰਚਾਰ ਬੰਦ ਕਰ ਦਿਓ ਜੀ ਮੈਂ ਕਦੀ ਪ੍ਰਚਾਰ ਨਹੀਂ ਕਰਾਂਗਾ ਮੈਂ ਕਦੀ ਬੋਲਾਂਗਾ ਨਹੀਂ ਹੂੰ ਠੀਕ ਹੈ ਕਦੀ ਨਹੀਂ ਬੋਲਾਂਗਾ ਮੈਂ ਹੂੰ ਮੇਰੇ ਨਾਲ ਉਹਦਾ ਉਹ ਸਵਾਲ ਰੱਖੇ ਤੇ 10 ਸਵਾਲ ਮੈਂ ਰੱਖਾਂਗਾ ਉਹਦੇ ਜਵਾਬ ਅੰਮ੍ਰਿਤਪਾਲ ਪਾਜੀ ਦੇ ਦੇਣਾ ਜੀ ਵੀਡੀਓ ਤੁਸੀਂ ਸੁਣ ਲਈ ਹੈ ਭਾਈ ਸਾਹਿਬ ਦੀ ਗੱਲ ਪੂਰੀ ਸੁਣ ਲਈ ਹੈ ਅਸੀਂ ਸਾਰੇ ਦਰਸ਼ਕਾਂ ਨੂੰ ਇਹ ਗੱਲ ਕਰਵਾਵਾਂਗੇ ਕਿ ਜਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਅਮਰਤਪਾਲ ਜੀ ਤੱਕ ਇਹ ਗੱਲ ਪਹੁੰਚ ਜਾਵੇ ਕਿ ਭਾਈ ਸਾਹਿਬ ਤੁਹਾਡੀ ਹਰ ਗੱਲ ਦਾ ਜਵਾਬ ਦੇਣ ਨੂੰ ਤਿਆਰ ਹੈ ਪਰ ਟੇਬਲ ਤੇ ਬੈਠ ਕੇ ਸਟੇਜਾਂ ਤੇ ਤੁਸੀਂ ਆਪਣਾ ਬੋਲਦੇ ਹੋ ਇਹ ਆਪਣਾ ਬੋਲਦੇ ਆ ਉਹ ਜਿਹੜੀ ਸ਼ਬਦਾਵਲੀ جنگ ਹੈ ਨਾ ਉਹਨੂੰ ਆਪਾਂ ਬੰਦ ਕਰੀਏ ਤੇ ਟੇਬਲ ਟਾਕ ਬੈਠ ਕੇ ਇਸ ਮਸਲੇ ਦਾ ਜਿਹੜਾ ਵਾ ਉਹ ਹੱਲ ਲੱਭਿਆ ਜਾਵੇ ਅਸੀਂ ਵੀ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਰਹੇ ਕਿਉਂਕਿ ਸਾਡੀਆਂ ਭਾਈਚਾਰਕ ਸਾਂਝਾਂ ਨੇ ਕਿਤੇ ਨਾ ਕਿਤੇ ਸਾਰੇ ਲੋਕ ਅਸੀਂ ਇੱਕ ਦੂਜੇ ਨਾਲ ਯਾਰ ਜੁੜੇ ਹੋਏ ਆ ਕਿਸੇ ਦਾ ਭੂਆ ਕਿਸੇ ਦਾ ਪੁੱਪੜ ਕਿਸੇ ਦਾ ਮਾਸਾ ਕਿਸੇ ਦਾ ਕੁਝ ਵੀ ਰਿਸ਼ਤੇਦਾਰੀਆਂ ਜਿਹੜੀਆਂ ਵਾ ਗਾਂ ਦੀ ਗਾ ਕੋਈ ਕਿਸੇ ਨਾ ਕਿਸੇ ਧਰਮ ਦੇ ਵਿੱਚ ਗਿਆ ਸਾਰੇ ਆਪਾਂ ਇੱਕ ਦੂਜੇ ਦੇ ਨਾਲ ਜੁੜੇ ਹੋਏ ਅਸੀਂ ਵੀ ਚਾਹੁੰਦੇ ਆਂ ਕਿ ਇਹ ਵਿਵਾਦ ਜਿਹੜਾ ਜਲਦ ਤੋਂ ਜਲਦ ਖਤਮ ਹੋਵੇ ਸਾਡਾ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਕੀ ਸੀ ਕਿ ਅਸੀਂ ਜਿਹੜੇ ਲੋਕਾਂ ਦੇ ਸਵਾਲ ਸੀ ਜਾਂ ਭਾਈ ਅਮਰਤਪਾਲ ਜੀ ਦੇ ਸਵਾਲ ਸੀ ਉਹ ਪਾਸਟਰ ਜੀ ਕੋਲੋਂ ਪੁੱਛੀਏ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਇਹਨਾਂ ਨੇ ਸਵਾਲ ਚੱਕੇ ਉਹ ਭਾਈ ਅਮਰਤਪਾਲ ਜੀ ਕੋਲੋਂ ਵੀ ਜ਼ਰੂਰ ਪੁੱਛਾਂਗੇ ਕਿ ਨਾਲ ਹੀ ਅਸੀਂ ਭਾਈ ਅਮਰਤਪਾਲ ਜੀ ਨੂੰ ਵੀ ਇਹ ਪਾਸਟਰ ਸਾਹਿਬ ਜੀ ਦਾ ਸਨੇਹਾ ਵੀ ਇਸ ਵੀਡੀਓ ਰਾਹੀਂ ਦੇਵਾਂਗੇ ਕਿ ਤੁਹਾਡੇ ਨਾਲ ਟੇਬਲ ਟਾਕ ਕਰਨ ਨੂੰ ਤਿਆਰ ਹੈ ਜਿੱਥੇ ਮਰਜ਼ੀ ਤੁਸੀਂ ਬਿਠਾ ਕੇ ਪਿਆਰ ਦੇ ਨਾਲ ਬੈਠ ਕੇ ਗੱਲਬਾਤ ਕਰੋ ਤੇ ਉਸ ਵੀਡੀਓ ਨੂੰ ਸਾਡਾ ਚੈਨਲ ਸਰਖਾਪ ਟੀਵੀ ਲਾਈਵ ਵੀ ਚਲਾਵੇਗਾ ਜਿਹੜੀ ਤੁਸੀਂ ਟੇਬਲ ਟॉक ਕਰਨੀ ਚਾਹੁੰਦੇ ਹੋ ਕਰ ਸਕਦੇ ਹੋ ਤੇ ਇਹਨਾਂ ਵਿਵਾਦਾਂ ਨੂੰ ਖਤਮ ਕਰੀਏ ਅਸੀਂ ਕਿਸੇ ਵੀ ਤਰ੍ਹਾਂ ਦਾ ਮਾਹੌਲ ਜਿਹੜਾ ਜਾਂ ਤੁਹਾਡੇ ਵੱਲੋਂ ਨਹੀਂ ਮੈਂ ਕਹਿ ਰਿਹਾ ਵੀ ਤੁਸੀਂ ਮਾਹੌਲ ਖਰਾਬ ਕਰ ਰਹੇ ਹੋ ਮੈਂ ਕਹਿ ਰਿਹਾ ਵੀ ਲੋਕ ਜਿਹੜੇ ਉਹ ਗੱਲ ਨੂੰ ਚੁੱਕ ਦਿੰਦੇ ਨੇ ਜਿਆਦਾ ਕੋਈ ਵੀ ਗੱਲ ਛੋਟੀ ਹੁੰਦੀ ਹੈ ਲੋਕ ਵਧਾ ਚੜਾ ਕੇ ਕਰ ਦਿੰਦੇ ਨੇ ਤੇ ਇਹ ਜਿਹੜੀ ਗਾਲੀ ਗਲੋਚ ਵਾਲਾ ਜਿਹੜਾ ਧੰਦਾ ਉਹ ਵੀ ਆਪਾਂ ਬੰਦ ਕਰੀਏ ਜੇ ਕੋਈ ਪੱਤਰਕਾਰ ਸਵਾਲ ਕਰਦਾ ਤੇ ਉਹਨੂੰ ਵੀ ਗਾਲੀ ਗਲੋਚ ਕਰਦੇ ਆ ਸਾਡੇ ਬੰਦੇ ਸਾਡੇ ਆਪਣੇ ਕਰਦੇ ਇਸ ਤਰ੍ਹਾਂ ਪਾਸਟਰ ਜਿੰਨੇ ਦੱਸਿਆ ਕਿ ਮੇਰੇ ਆਪਣੇ ਵਿਰੋਧ ਹੋ ਜਾਂਦੇ ਨੇ ਸੋ ਇਸ ਕਰਕੇ ਕਿਸੇ ਦਾ ਵਿਰੋਧ ਕਰਨਾ ਛੱਡੀਏ ਤੇ ਟੇ ਸਾਰੇ ਮਸਲੇ ਨੂੰ ਹੱਲ ਕੀਤਾ ਜਾਂਦਾ ਹੈ ਕੋਈ ਵੀ ਐਸਾ ਮਸਲਾ ਨਹੀਂ ਜਿਹੜਾ ਟੇਬਲ ਟਾਕ ਬੈਠ ਕੇ ਟੇਬਲ ਤੇ ਬੈਠ ਕੇ ਹੱਲ ਨਾ ਹੋ ਸਕੇ ਵੇਖਦੇ ਰਹੋ ਸੁਰਖਾਪ ਟੀਵੀ ਧੰਨਵਾਦ